ਸਤ ਜੀ ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੈਂ ਔਰ ਰਵਿੰਦਰ ਸਿੰਘ ਜੀ ਇੱਕ ਨਵੀਂ ਵਿਚਾਰ ਚਰਚਾ ਦੇ ਨਾਲ ਤੁਹਾਡੇ ਰੂਹ ਰੂ ਹੋਏ ਹਾਂ ਤੇ ਅੱਜ ਦੀ ਵਿਚਾਰ ਚਰਚਾ ਰਵਿੰਦਰ ਸਿੰਘ ਜੀ ਇੱਕ ਅਜਹੀ ਖੋਜ ਦੇ ਨਾਲ ਕਰਨ ਲੱਗੇ ਨੇ ਮੇਰੇ ਨਾਲ ਜਿਸ ਤੋਂ ਬਾਅਦ ਇੱਕ ਵਾਰ ਫੇਰ ਇਹ ਚਰਚਾ ਛੜੇਗੀ ਕਿ ਖਾਣ ਪੀਣ ਜਿਹੜਾ ਉਹ ਸੁਧਾਰੀਏ ਤੇ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਸ਼ਾਮਲ ਹੋਣੀਆਂ ਚਾਹੀਦੀਆਂ ਰਵਿੰਦਰ ਜੀ ਤੁਹਾਡਾ ਨਿਊਜ਼ ਐਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਸਭ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਰਵਿੰਦਰ ਜੀ ਅਕਸਰ ਤੁਸੀਂ ਕਹਿੰਦੇ ਹੋ ਵੀ ਆਰਗੈਨਿਕ ਖਾਓ। ਹਮਮ। ਆਰਗੈਨਿਕ ਖਾਓ ਪਰ ਆਰਗੈਨਿਕ ਜਿਹੜਾ ਉਹ ਮਿਲਦਾ ਹੈ ਨਹੀਂ ਕਿਸੇ ਪਾਸੋਂ। ਜੀ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਰਗੈਨਿਕ ਜੇ ਮਿਲਦਾ ਵੀ ਹੈ ਤਾਂ ਉਹਦੀ ਬੰਦੇ ਨੂੰ ਪਛਾਣ ਨਹੀਂ ਹੈਗੀ ਵੀ ਇਹ ਆਰਗੈਨਿਕ ਹੈ ਵੀ ਹੈ ਜਾਂ ਨਹੀਂ ਸਿਰਫ ਕਿਹਾ ਹੀ ਜਾ ਰਿਹਾ ਹੈ। ਹਾਂ ਜੀ। ਤੇ ਤੀਜੀ ਗੱਲ ਇਹ ਹੈ ਕਿ ਅ मतलब बाजार ਦੇ ਵਿੱਚ ਜੇ ਆਪਾਂ ਆਰਗੇਨਿਕ ਨਹੀਂ ਵੀ ਮਿਲਦਾ ਤਾਂ ਜਿਹੜੀਆਂ ਚੀਜ਼ਾਂ ਮਿਲ ਰਹੀਆਂ ਨੇ ਉਹਨਾਂ ਤੇ ਸਪਰੇਅ ਇੰਨਾ ਕਿ ਮਤਲਬ ਅੱਜ ਕੱਲ੍ਹ ਹਾਲਾਤ ਪੱਤ ਤੋਂ ਬੱਤਰ ਨੇ ਬਿਲਕੁਲ 100% ਐਗਰੀ ਕਰਦਾ ਹਾਂ ਤੇ ਫਿਰ ਬੰਦਾ ਜਾਵੇ ਤਾਂ ਜਾਵੇ ਕਿੱਥੇ ਇਹਦੇ ਮੈਨੇ ਨਾ 2-3 ਤੋੜ ਕੱਢੇ ਹੋਏ ਨੇ ਕੋਲਾਂ ਜੀ ਉਹ ਅੱਜ ਸਾਰਿਆਂ ਤੋੜਾਂ ਦੇ ਉੱਪਰ ਗੱਲ ਕਰਾਂਗੇ ਦੋ ਤੋੜਾਂ ਦੇ ਉੱਪਰ ਤਾਂ ਮੈਂ ਗੱਲ ਕਰ ਚੁੱਕਿਆ ਪਾਸ ਤੇ ਵਿੱਚ ਕਿਉਂਕਿ ਬੜੇ ਲੋਕ ਕਹਿੰਦੇ ਸਰ ਤੋਂ ਸਬਜੀ ਸਲਾਦ ਗੁਰਵਿੰਦਰ ਤੂੰ ਕਹਿੰਦਾ ਖਾਣ ਹੀ ਹੁੰਦਾ ਹੈਨਾ ਯਾ ਫਿਰ ਕਹਿੰਦੇ ਕਰਵਿੰਦਰ ਤੁਸੀਂ ਕਹਿੰਦੇ ਆਂ ਵੀ ਆਰਗੇਨਿਕ ਖਾਓ ਸਾਡੇ ਕੋਲ ਆਰਗੇਨਿਕ ਦਾ ਇੰਤਿਆਮ ਨਹੀਂ ਹੁੰਦਾ ਮਹਿੰਗਾ ਬਹੁਤ ਹੈ ਇਹਦਾ ਪਹਿਲਾ ਤੋੜ ਕੱਢਿਆ ਆਪਾਂ ਨੇ ਸੁਪਰ ਗ੍ਰੀਨਸ ਤੇ ਵੀਟ ਗ੍ਰਾਸ ਪਾਊਡਰ ਤਾਂ ਕਿ ਪਾਣੀ ਚ ਘੋਲੇ ਗਲਾਸ ਚ ਪਾਇਆ 2 ਚਮਚ 1 ਚਮਚ ਉਹਦਾ ਵੀਟ ਗ੍ਰਾਸ ਦਾ 2 ਚਮਚ ਸੁਪਰ ਗ੍ਰੀਨਸ ਦੇ ਪੀ ਲਿਆ ਤੇ ਬੜੇ ਲੋਕਾਂ ਦੀ ਪਿੱਛੇ ਕੰਪਲੇਨਟ ਆਈ ਮੈਨੂੰ ਪਤਾ ਨਹੀਂ ਸੀ ਮੈਂ ਇੰਡੀਆ ਚ ਨਹੀਂ ਆ ਜੀ ਕਿ ਸੁਪਰ ਗ੍ਰੀਨ ਮਿਲ ਨਹੀਂ ਰਹੀ ਸੀ ਮੈਂ ਜਦੋਂ ਆਪਣੀ ਕੰਪਨੀ ਨੂੰ ਪੁੱਛਿਆ ਉਹ ਕਹਿੰਦੇ ਜੀ ਬਰਸਾਤ ਬਹੁਤ ਹੋਈ ਪਿੱਛੇ ਤੱਕ ਸਬਜ਼ੀਆਂ ਨਹੀਂ ਸੀ ਇਹ ਹੈਗਾ ਪਹਿਲਾ ਤਰੀਕਾ ਦੂਜਾ ਤਰੀਕਾ ਸੀ ਕੰਮ ਬੰਦਰੀ ਤਰੀਕਾ ਅਸਿਆ ਸੀ ਕਿ ਸਬਜ਼ੀ ਲਿਆਂਦੀ ਇੱਕ ਵਧੀਆ ਪਲਾਸਟਿਕ ਦੀ ਬਾਲਟੀ ਚ ਪਲਾਸਟਿਕ ਹੋਏ ਪੀਵੀਸੀ ਜਿਹੜਾ ਉਹ ਸੌਰੀ ਬੀਪੀਏ ਫ੍ਰੀ ਉਹਦੇ ਸਾਰਾ ਸਬਜ਼ੀ ਪਾਈ ਉੱਪਰ ਪਾਇਆ ਐਪਲ ਸਾਈਡਰ ਵਿਨੇਗਰ ਦੋ ਚਮਚ ਪਾਣੀ ਚ ਡੋਬੋ ਕੇ ਰੱਖਤੀ ਦੋ ਤਿੰਨ ਘੰਟੇ ਲਈ ਉਹ ਤੋਂ ਬਾਅਦ ਉਹਦੇ ਉੱਪਰਲਾ ਪੈਸੇ ਸਾਈਡ ਉਤਰ ਗਿਆ ਹੁਣ ਜਿਹੜੀ ਗੱਲ ਹੈ ਲੈਟਸ ਸੇ ਤੁਹਾਡੇ ਕੋਲ ਨਾ ਤਾਂ ਹੈਗਾ ਨਾ ਟਾਈਮ ਤੇ ਤੁਸੀਂ ਨਾ ਤਾਂ ਖਰਚ ਰਹੇ ਹੋ ਪੈਸੇ ਤੇ ਜਿਹੜੀ ਪੁਰਾਣੀ ਸਬਜ਼ੀਆਂ ਗਲਤ ਖਾਈਆਂ ਹੋਈਆਂ ਉਹਦਾ ਇਫੈਕਟ ਕਿਵੇਂ ਮਾਰਿਆ ਜਾਏ ਮੈਂ ਤਾਂ ਉਸਦੇ ਪਿੱਛੇ ਪੈ ਗਿਆ ਕਿ ਸੱਪ ਵੀ ਮਰ ਜਾਵੇ ਤੇ ਲਾ ਹੁਣ ਪਹਿਲੀ ਗੱਲ ਤਾਂ ਸਮਝੋ ਹੈ ਕਿ ਕਿਹੜਾ ਕੈਮੀਕਲ ਹੈੜਾ ਇੰਨਾ ਖਰਾਬ ਕਰਦਾ ਬੰਦਾਂ ਨੂੰ 글ਾਈਫੋਸੇਟ ਕੈਮੀਕਲ ਹੈ ਤੁਹਾਡੇ ਬਹੁਤ ਡਾਕਟਰਾਂ ਨੇ ਬਹੁਤ ਚੈਨਲਾਂ ਤੇ ਬੜੇ ਲੋਕਾਂ ਨੇ ਗੱਲ ਸੁਣੂਗੀ 글ਾਈਫੋਸੇਟ ਇੱਕ ਰਾਉਂਡ ਅਪ ਰੈਡੀ ਕੈਮੀਕਲ ਕਹਿੰਦੇ ਹਨ ਇਹਦਾ ਤਰੀਕਾ ਦੱਸ ਦਿੰਦਾ ਤੁਹਾਨੂੰ ਇਹ ਅਮਰੀਕਾ ਦੀ ਕੰਪਨੀ ਕਿ ਉਹਨਾਂ ਨੇ ਇੱਕ ਤਰੀਕਾ ਲੱਭਿਆ ਕਿ ਕੱਖ ਮਰ ਜਾਏ ਕਣਕ ਨਾ ਮਰੇ ਜਾਂ ਜਿਹੜਾ ਵੀ ਮੇਨ ਪੌਦਾ ਨਾ ਮਰੇ ਤੇ ਕੱਖ ਮਰ ਜਾਏ ਉਹਨਾਂ ਨੇ ਕਣਕ ਦੇ ਬੀਜ ਨਾਲ ਕਰੀ ਥੋੜੀ ਛੇੜਛਾੜ ਜੈਨੇਟਿਕਲੀ ਮੋਡੀਫਿਕੇਸ਼ਨ ਤੇ ਉਹ ਉਹ ਕੈਮੀਕਲ ਤੋਂ ਜਿਵੇਂ ਕਹਿੰਦੇ ਉਹਦੇ ਉੱਪਰ ਉਹਦਾ ਕੈਮੀਕਲ ਦਾ ਕਹਿੰਦੇ ਪ੍ਰਭਾਵ ਨਹੀਂ ਹੋਗਾ ਕਿਵੇਂ ਮਰੇਗਾ ਨਹੀਂ ਉਹ ਪੌਦਾ ਤੇ ਕੌਣ ਮਰ ਜੇਗਾ ਜਿਹਨੂੰ ਗੁੱਲੀ ਡੰਡਾ ਜਿਹੜੀ ਨਹੀਂ ਚਾਹੀਦੀ ਤਾਂ ਇਹਨੂੰ ਰਾਉਂਡ ਅਪ ਰੈਡੀ ਕੈਮੀਕਲ ਕਹਿੰਦੇ ਸੀ ਫਿਰ ਉਹ ਕੀ ਕਰਦੇ ਉਹ ਸਾਰੀ ਕਣਕ ਦੇ ਉੱਪਰ ਰਾਉਂਡ ਅਪ ਸਪਰੇਅ ਕਰ ਦਿੰਦੇ ਜੋ ਵੀ ਉਹ ਰੈਡੀ ਹੈ ਆਪਣੇ ਇੰਡੀਆ ਚ ਬੜੇ ਡਿਫਰੈਂਟ ਨਾਮਸ ਤੋਂ ਚੀਜ਼ਾਂ ਆਉਂਦੀਆਂ ਨੇ ਇਹਦੇ ਆ ਉਹ ਕੀ ਕਰਦੀ ਹੈ ਉਹ ਜਿਹੜਾ ਜਾਣਦੀ ਤਾਂ ਹਰ ਇੱਕ ਚੀਜ਼ ਦੇ ਅੰਦਰ ਹੈ ਮਗਰ ਮਾਰਦੀ ਸਿਰਫ ਉਹ ਕਬਾੜ ਨੂੰ ਹੈ ਕੱਖ ਨੂੰ ਹੈ ਜਿਹੜਾ ਕਿ ਅਨਵਾਂਟਡ ਵੀਡ ਕਹਿੰਦੇ ਆ ਮਗਰ ਜੋ ਖੱਬਲ ਕਹਿੰਦਾ ਪੰਜਾਬੀ ਚ ਪੰਜਾਬੀ ਚ ਖੱਬਲ ਕਹਿੰਦੇ ਨੇ ਤੇ ਹਿੰਦੀ ਚ ਉਹਨੂੰ ਖਰਪਤਵਾਰ ਕਹਿੰਦੇ ਆ ਹਾਂ ਹੈਨਾ ਤਾਂ ਉਹ ਮਰ ਗਿਆ ਜੀ ਕੱਖ ਮਰ ਗਿਆ ਹੁਣ ਹੋਇਆ ਕੀ ਜਿਹੜੀ ਗਲਾਈਫੋਸਟ ਹੈ ਉਹ ਤੁਹਾਡੀ ਇੰਟਰਸਟਾਈਨ ਚ ਜਾ ਕੇ ਤੁਹਾਨੂੰ ਵੀ ਖਰਾਬ ਕਰਦੀ ਹੈ ਉੱਪਰ ਨਹੀਂ ਪਹਿਲੇ ਦੋ ਸਟੇਜਾਂ ਤੇ ਕੁਝ ਨਹੀਂ ਹੁੰਦਾ ਉਹਦੇ ਉੱਪਰ ਰਿਸਰਚ ਕਈ ਨਹੀਂ ਕਰਦੇ ਕਹਿੰਦੇ ਕੁਝ ਨਹੀਂ ਹੈ ਜੀ ਤਾਂ ਬਿਲਕੁਲ ਓਕੇ ਨਹੀਂ ਜੀ ਨਹੀਂ ਜਦ ਵੀ ਕਿਸੇ ਨੇ ਆਰਗੈਨਿਕ ਜਾਂ ਗਲਾਈਫੋਸਟ ਤੋਂ ਬਿਨਾ ਖਾਣਾ ਸ਼ੁਰੂ ਕਰਿਆ ਉਹਦੇ ਫਲੋਰਾ ਉਹਦੀ ਇੰਟਰਸਟਾਈਨ ਦੀ ਦਿੱਕਤਾਂ ਉਹਦੀ ਡਾਈਜੈਸ਼ਨ ਉਹਦੇ ਸਿਰ ਦੀ ਫੌਗ ਚਲੀ ਜਾਂਦੀ ਹੈ ਹੁਣ ਇਮੇਜਿਨ ਕਰੋ ਤੁਸੀਂ ਕਹਿੰਦੇ ਰਵਿੰਦਰ ਯਾਰ ਫਾਲੋ ਤਾਂ ਤੈਨੂੰ ਕਰਦੇ ਆ ਮਗਰ ਤੇਰੀ ਗੱਲ ਨਹੀਂ ਫਾਲੋ ਹੁੰਦੀ ਕਿ ਇੰਨਾ ਇੰਨਾ ਸਟ੍ਰਿਕਟ ਫਾਲੋ ਨਹੀਂ ਕਰ ਸਕਦੇ ਕਿ ਤੋਂ ਮਹਿੰਗੀਆਂ ਗੱਲਾਂ ਕਰਦਾ ਕਿ ਲੋਕ ਇਹ ਵੀ ਕਹਿੰਦੇ ਆ ਕਿ ਭਾਈ ਸਸਤਾ ਤਰੀਕਾ ਲੱਭ ਲੈਣੇ ਤਾਂ ਰਿਸਰਚ ਕਰੀ ਕੁਝ ਚੀਜ਼ਾਂ ਨੇ ਜਿਹੜੀ ਆਪਣੀ ਬਾਡੀ ਚ ਡੀਟੌਕਸ ਕਰਕੇ ਜਾਂ ਗਲਾਈਫੋਸਿਟ ਦਾ ਇਫੈਕਟ ਵੀ ਘਟ ਦਿੰਨੀ ਹੈ ਉਹਦੇ ਉੱਪਰ ਮੈਨੇ ਇੱਕ ਚੀਜ਼ ਤਾਂ ਪਹਿਲਾਂ ਲਾਂਚ ਕਰਤੀ ਸੀਗੀ ਜਿਹਦੇ ਬਾਰੇ ਮੈਨੇ ਗੱਲ ਕਰੀ ਸੀਗੀ ਉਸੀ ਬੈਂਟੋਨਾਈਟ ਕਲੇ ਮਲਤਾਨੀ ਮਿੱਟੀ ਮਗਰ ਐਡੇਬਲ ਤੁਹਾਨੂੰ ਯਾਦ ਹੋਗਾ ਕੁਲਵੰਜੀ ਮੈਂ ਵੀਡੀਓ ਬਣਾਈਆ ਥਾਣਾ ਇਸ ਚੀਜ਼ ਤੇ ਉਪਰ ਮਲਤਾਨੀ ਮਿੱਟੀ ਦੀ ਬੜੇ ਲੋਕਾਂ ਨੇ ਲਈ ਵੀ ਕਈ ਲੋਕਾਂ ਨੂੰ ਸਮਝ ਨਹੀਂ ਆਈ ਕਿ ਉਹ ਕੀ ਹੈ ਉਹ ਬੈਂਟੋਨਾਈਟ ਕਲੇ ਹੈ ਮਲਤਾਨੀ ਮਿੱਟੀ ਉਹ ਆਪਣੀ ਬਾਡੀ ਚੋਂ ਜਿਵੇਂ ਟੌਕਸਿਨਸ ਨੂੰ ਕੱਢਦੀ ਹੈ ਫਿਰ ਮੈਨੇ ਇੱਕ ਹੋਰ ਰਿਸਰਚ ਵਧਾਈ ਉਸ ਦਿਨ ਮੈਨੇ ਗੱਲ ਵੀ ਕੀਤੀ ਸੀ ਕਿ ਅਗਰ ਤੁਸੀਂ ਮਲਤਾਨੀ ਮਿੱਟੀ ਚ ਕੱਚਾ ਕੋਲਾ ਮਿਕਸ ਕਰਕੇ ਮੂੰਹ ਤੇ ਲਾਉਂਗੇ ਉਹ ਫਾਇਦਾ ਹੈ ਉਹ ਮੈਂ ਆਪਣੀ ਗੱਲ ਥੋੜੀ ਮੋਡੀਫਾਈ ਕਰਨ ਲੱਗਾ ਕੱਚੇ ਕੋਲੇ ਚ ਥੋੜਾ ਜਿਹਾ ਹਾਰਮਫੁਲ ਟੌਕਸਿਨਸ ਆਪਣੇ ਆਪ ਹੁੰਨੇ ਹੈ ਕੋ ਨਹੀਂ ਵਰਤਣਾ ਜਿਹਨੂੰ ਚਾਰਕੋਲ ਕਹਿੰਦੇ ਆ ਇੱਕ ਸਪੈਸ਼ਲ ਫਾਰਮ ਆਫ ਚਾਰਕੋਲ ਆਂਦੀ ਐ ਐਕਟੀਵੇਟਿਡ ਚਾਰਕੋਲ ਹੂੰ ਮੈਂ ਮੈਨੂੰ ਯਾਦ ਆਜ ਤੋਂ 6-7 ਸਾਲ ਪਹਿਲਾਂ ਮੇਰਾ ਦੋਸਤ ਆਇਆ ਬਾਰੋਂ ਉਹ ਚਾਰਕੋਲ ਦੀ ਗੋਲੀਆਂ ਲੈ ਕੇ ਆਇਆ ਮੈਂ ਕਿਹਾ ਇਹ ਕੀ ਆ ਕਹਿੰਦਾ ਸਾਨੂੰ ਦੱਸਿਆ ਜਾਂਦਾ ਕਿ ਇੰਡੀਆ ਦੇ ਪਾਣੀ ਚ ਕਈ ਵਾਰੀ ਕੋਈ ਪ੍ਰੋਬਲਮ ਆ ਜਾਂਦੀ ਐ ਜੇ ਤੁਹਾਨੂੰ ਮਾੜਾ ਵੀ ਢਿੱਡ ਚ ਕੋਈ ਗੜਬੜ ਲੱਗੀ ਨਾਦਰਾਂ ਦੋ ਖਾ ਲੈਣਾ ਉਹ ਹਰ ਇੱਕ ਖਾਣੇ ਨਾਲ ਦੋ ਖਾਣਾ ਲੈਂਦਾ ਸੀਗਾ ਉਹ ਹਾਸੇ ਵਾਲੀ ਗੱਲ ਐ ਜਦੋਂ ਮੈਂ ਰਿਸਰਚ ਕਰੀ ਐਕਟੀਵੇਟਿਡ ਚਾਰਕੋਲ ਅਗਰ ਤੁਸੀਂ ਜ਼ਹਿਰ ਖਾ ਲਈਤੇ ਉਹਦੇ ਨਾਲ ਦੀ ਨਾਲ ਤੁਸੀਂ ਐਕਟੀਵੇਟਡ ਚਾਰਕੋਲ ਖਾ ਲਓ ਉਹ ਜ਼ਹਿਰ ਦਾ 70% ਇਫੈਕਟ ਮਰ ਜਾਂਦਾ ਹੈ ਮੈਂ ਤੁਹਾਨੂੰ ਗੱਲ ਦੱਸੂਗਾ ਬੜੀ ਹੈਰਾਨੀ ਦੀ ਗੱਲ ਹੋਈ ਮੈਨੂੰ ਪਤਾ ਲੱਗਿਆ ਜਦੋਂ ਤਾਂ ਬਟ ਇਹ ਆਪਾਂ ਨੂੰ ਇੱਥੇ ਕਹਿ ਰਹੀਏ ਵੀ ਇਹ ਜਿਹੜਾ ਇਹ ਕੋਈ ਮੈਡੀਕਲ ਵਾਈਜ਼ ਨਹੀਂ ਹੈ ਨਾ ਹੀ ਕੋਈ ਇਸ ਤਰ੍ਹਾਂ ਦੀ ਚੀਜ਼ ਹੈ ਜਿਸ ਦੇ ਨਾਲ ਆਪਾਂ ਕਿਸੇ ਨੂੰ ਕੋਈ ਐਡਵਾਈਸ ਦੇ ਰਹੇ ਆ ਜਾਂ ਕੋਈ ਨੁਕਸਾਨ ਦੇ ਵਿੱਚ ਆਪਾਂ ਉਹਦੇ ਚ ਕੋ ਕਰਦੇ ਆ ਇਹ ਇੱਕ ਜਨਰਲ ਜਿਹੜੀ ਇਨਫੋਰਮੇਸ਼ਨ ਹੈ ਇਹਦੇ ਉੱਪਰ ਰਿਸਰਚ ਜ਼ਰੂਰ ਹੈ ਕੁਲਵੰਤ ਜੀ ਕਿ ਐਕਟੀਵੇਟਡ ਚਾਰਕੋਲ ਅਗਰ ਤੁਸੀਂ ਗਲਤੀ ਨਾਲ ਕੋਈ ਓਵਰਡੋਸ ਕਰ ਜੇ ਤੇ ਤੁਸੀਂ ਉਹ ਬੰਦੇ ਨੂੰ ਡਾਕਟਰ ਕੋਲ ਜਾ ਰਹੇ ਹੋ ਤੁਹਾਡੇ ਕੋਈ ਤੋੜ ਨਹੀਂ ਹੈ ਹੈਨਾ ਆਫਕੋਰਸ ਡਾਕਟਰ ਤੇ ਲੈਣਾ ਪਹਿਲੀ ਚੀਜ਼ ਬੰਦੀ ਹੈ ਛੇਤੀ ਤੋਂ ਛੇਤੀ ਬੰਦੀ ਹੈ ਤਾਂ ਉਹਨੂੰ ਨਾਜ਼ ਨੇ ਐਕਟੀਵੇਟਿਡ ਚਾਰਕੋਲ ਦੇ ਦਿਤੋ 70% ਇਫੈਕਟ ਘਟ ਜਾਂਦਾ ਹੈ ਬੰਦਾ ਡਾਕਟਰ ਤੱਕ ਤਾਂ ਪਹੁੰਚ ਜੂ ਉਸ ਤੋਂ ਬਾਅਦ ਡਾਕਟਰ ਟੀਕਾ ਲਾ ਕੇ ਉਲਟੀਆਂ ਲਿਆ ਕੇ ਜੋ ਮਰਜ਼ੀ ਕਰਾ ਕੇ ਉਹ ਘਟ ਦੂਗਾ ਚਲੋ ਹੁਣ ਐਕਟੀਵੇਟਿਡ ਚਾਰਕੋਲ 'ਚ ਇੱਕ ਇਫੈਕਟ ਹੈ ਇਹ ਬੋਡੀ 'ਚ ਉਹ ਪੌਇਜ਼ਨਸ ਨੂੰ ਐਬਜ਼ਾਰਬ ਕਰ ਲੈਂਦੀ ਹੈ ਤੇ ਸਭ ਤੋਂ ਵਧੀਆ ਗੱਲ ਇਹ ਪੌਇਜ਼ਨ ਨੂੰ ਐਂਟਰਸਟਾਈਨ 'ਚ ਐਬਜ਼ਾਰਬ ਨਹੀਂ ਹੋਣ ਦਿੰਦੀ ਇਮੇਜਿਨ ਕਰੋ ਇੱਕ ਪੌਇਜ਼ਨ ਜਿਹਨੂੰ ਕ ਐਂਟਰਸਟਾਈਨਰ ਟੱਚ ਕਰਨਾ ਸੀ ਇਹ ਉਹਨੂੰ ਕਵਰ ਕਰ ਲੈਂਦੀ ਹੈ ਹੂੰ ਇਹਨੂੰ ਨਿਸ਼ਕਰੀਆ ਕਹਿੰਦੀ ਹੈ ਪੰਜਾਬੀ ਕਿ ਇਨਐਕਟਿਵੇਟ ਕਰ ਦਿੰਦੀ ਹੈ ਹੁਣ ਐਕਟੀਵੇਟਡ ਚਾਰਕੋਲ ਦੋ ਤਰੀਕੇ ਦਾ ਇੱਕ ਸਿੰਪਲ ਆਪਾਂ ਨੇ ਬਹੁਤ ਸ਼ਾਨਦਾਰ ਐਕਟੀਵੇਟਡ ਚਾਰਕੋਲ ਲੱਭਿਆ ਕੁਲਵੰਜੀ ਬੈਂਬੂ ਤੋਂ ਬਣਿਆ ਹੋਇਆ ਐਕਟੀਵੇਟਡ ਚਾਰਕੋਲ ਬੈਂਬੂ ਇੱਕ ਇਹੀ ਚੀਜ਼ ਹੈ ਜਿਹਨੂੰ ਨਾ ਕੋਈ ਕੈਮੀਕਲ ਪੈ ਸਕਦਾ ਉਹ ਆਪਣੇ ਆਪ ਦਾ ਵਧੀਆ ਹੁੰਦਾ ਹਾਂ ਬਾਂਸ ਬਾਂਸ ਤੋਂ ਬਣਿਆ ਹੋਇਆ ਐਕਟੀਵੇਟਡ ਚਾਰਕੋਲ ਬੜੀ ਮਹਿੰਗੀ ਚੀਜ਼ ਸੀਗੀ ਬੜਾ ਸੋਹਣਾ ਤਰੀਕਾ ਨਾਲ ਅਸੀਂ ਰੇਟ ਤੋੜਿਆ ਅਸੀਂ ਚੀਜ਼ ਲੱਭ ਲਈ ਪਹਿਲਾ ਇਹਦਾ ਫਾਇਦਾ ਇਹ ਜਿਹੜੀ ਵੀ ਤੁਹਾਡੇ ਸਰੀਰ ਚ ਪాయిਜ਼ਨਸ ਨੇ ਉਹਨੂੰ ਬਾਈਂਡ ਕਰ ਲੈਂਦਾ ਹੈ ਬਾਈਂਡ ਮੈਨੂੰ ਉਹਨੂੰ ਬੰਨ੍ਹ ਦਿੰਦਾ ਉਹਨੂੰ ਉਹਨੂੰ ਆਪਣੇ ਆਪ ਚ ਕੰਮ ਨਹੀਂ ਕਰਨ ਦਿੰਦਾ ਹੈਨਾ ਉਹਨੂੰ ਇੱਕ ਤਰ੍ਹਾਂ ਨੇ ਉਹਦਾ ਇੰਜਣ ਬੰਦ ਕਰਤਾ ਐਕਟੀਵੇਟਰ ਦੂਜੀ ਗੱਲ ਇਹ ਜਿਵੇਂ ਕੋਈ ਪాయిਜ਼ਨ ਗਲਤੀ ਨਾਲ ਡਰੱਗ ਓਵਰਡੋਸ ਹੋ ਜਾਏ ਕਿਸੇ ਨੂੰ ਫੂਡ ਪాయిਜ਼ਨਿੰਗ ਹੋ ਜਾਏ ਹੈਨਾ ਜਾਂ ਕੋਈ ਜ਼ਹਿਰੀਲੀ ਗੈਸ ਸੁੰਗਲੇ ਤਾਂ ਜਦੋਂ ਬੰਦੇ ਕੋਲ ਆਪਾਂ ਡਾਕਟਰ ਕੋਲ ਲੈ ਜਾ ਰਹੇ ਹਾਂ ਉਸ ਟਾਈਮ 'ਕਾ ਥੋੜਾ ਕੋਈ ਪੀ ਹੈ ਤਾਂ ਇਹ ਤੁਹਾਨੂੰ ਉਸ ਮੌਕੇ 'ਚ ਤੁਹਾਨੂੰ ਬੰਦੇ ਨੂੰ ਬਚਾਨ ਚ ਹੈਲਪ ਕਰ ਸਕਦਾ ਹੈ ਜਦ ਤੱਕ ਤੁਸੀਂ ਕੋ ਡਾਕਟਰ ਨੂੰ ਲੈਣਾ ਆਫ ਕੋਰਸ ਮੇਰਾ ਆਪਣਾ ਜਿਵੇਂ ਤੁਸੀਂ ਕਿਹਾ ਇਹ ਮੈਡੀਕਲ ਅਡਵਾਈਸ ਨਹੀਂ ਹੈ ਆਪਾਂ ਨਹੀਂ ਕਹੇ ਕਿ ਡਾਕਟਰ ਜਾਣ ਦੀ ਲੋੜ ਨਹੀਂ ਹੈ ਉਹ ਤਾਂ ਪਹਿਲੀ ਚੀਜ਼ ਹੈ ਡਾਕਟਰ ਕੋ ਜਾਣਾ ਤਾਂ ਪਹਿਲੀ ਚੀਜ਼ ਆ ਉਹ ਹੈਨਾ ਤੀਜੀ ਚੀਜ਼ بڑے ਲੋਕ ਡੀਟੌਕਸ ਕਰਨਾ ਚਾਹੁੰਦੇ ਹੁੰਦੇ ਨੇ ਇਹ ਦੋ ਤਰੀਕੇ ਨੇ ਡੀਟੌਕਸ ਚ ਹੈਲਪ ਕਰਦਾ ਹੈ ਕਈ ਲੋਕ ਕਿ ਨਾ ਹਰਬਲ ਰੈਮਡੀਜ਼ ਕਰਦੇ ਨੇ ਬੜੀ ਖਤਰਨਾਕ ਡੀਟੌਕਸੀਫਿਕੇਸ਼ਨ ਜਦੋਂ ਆਪਾਂ ਕਿਸੇ ਚੀਜ਼ ਨੂੰ ਮਾਰਦੇ ਹਾਂ ਨਾ ਉਹਦਾ ਬਾਇਓ ਪ੍ਰੋਡਕਟ ਰਹਿ ਜਾਂਦਾ ਹੈ ਕਈ ਲੋਕਾਂ ਨਾਲ ਹੁੰਦਾ ਉਹ ਫਾਸਟਿੰਗ ਕਰਦੇ ਬਿਮਾਰ ਹੋ ਜਾਂਦੇ ਨੇ ਯਾ ਉਹ ਕਾਰਬੋਨਟ ਸਟੇ ਬਿਮਾਰ ਹੋ ਜਾਂਦੇ ਆ ਯਾ ਉਹ ਕੋਈ ਜਿਵੇਂ ਆ ਤੇਲ ਦੇ ਨਾਲ 올ਿਵ ਆਇਲ ਦੇ ਵਿੱਚ ਨਿੰਬੂ ਪਾ ਕੇ ਇੱਕ ਤਰੀਕਾ ਹੁੰਦਾ ਲੀਵਰ ਕਲੀਨਸ ਕਰਨ ਦਾ ਉਸ ਤੋਂ ਬਾਅਦ ਉਹਨਾਂ ਨੂੰ ਪ੍ਰੋਬਲਮ ਆ ਜਾਂਦੀ ਹੈ ਜੋ ਐਂ ਲੱਗਾ ਫਲੂਜਾ ਹੋ ਰਿਹਾ ਉਹ ਫਲੂ ਨਹੀਂ ਹੁੰਦਾ ਜਦੋਂ ਆਪਾਂ ਗੰਦੇ ਮਾਈਕਰੋਬਸ ਨੂੰ ਮਾਰਦੇ ਆ ਉਹ ਇੱਕ ਬਾਇਓ ਪ੍ਰੋਡਕਟ ਹੈ ਉਹ ਬਾਇਓ ਪ੍ਰੋਡਕਟ ਜਦੋਂ ਆਪਣੇ ਜਿਹੜੀ ਬਚੀ ਹੋਈ ਚੀਜ਼ ਕਹਿ ਲਓ ਜਦੋਂ ਆਪਣੇ ਬਲੱਡ ਚ ਆਂਦੀ ਹੈ ਬਲੱਡ ਰੂਨ ਲੱਗਦਾ ਹੈ ਸਿਸਟਮ ਨੂੰ ਲੱਗਦਾ ਕੋਈ ਗਲਤ ਚੀਜ਼ ਆ ਗਈ ਉਹ ਫੱਟਾ ਚੱਕ ਦਿੰਦਾ ਉਹਨੂੰ ਮਾਰਨ ਲਈ ਉਸ ਮੌਕੇ ਤੇ ਉਹ ਜਿਹੜੇ ਇਫੈਕਟ ਨੇ ਉਹ ਅੱਛੇ ਇਫੈਕਟ ਆ ਸੱਚ ਉਹਦੇ ਇਫੈਕਟ ਨੂੰ ਡਾਊਨ ਕਰਨ ਲਈ ਕਿ ਤੁਹਾਨੂੰ ਬੁਰੇ ਇਫੈਕਟ ਨਾ ਆਉਣ ਡੀਟੌਕਸ ਤੇ ਤੁਸੀਂ ਐਕਟੀਵੇਟਡ ਚਾਰਕੋਲ ਖਾ ਸਕਦੇ ਹੋ ਤੇ ਇਹਦਾ ਬੈਸਟ ਤਰੀਕਾ ਹੁੰਦਾ ਖਾਲੀ ਪੇਟ ਲੈਣਾ ਚਾਹੀਦਾ ਇਹ ਉਹਨੇ ਮੈਜਨ ਕਰੋ ਤੁਸੀਂ ਬਹੁਤ ਦੇਰ ਤੋਂ ਖਾ ਰਹੇ ਹੋ ਤੇ ਤੁਸੀਂ ਗਲਾਈਫੋਸੇਟ ਵਾਲੀ ਸਬਜ਼ੀਆਂ ਹੀ ਖਾਣੇ ਹੋ ਤੁਸੀਂ ਨਾ ਦੇ ਉੱਪਰ ਕੋਈ ਉਹ ਸੇਬ ਦਾ ਸਰਕਾ ਪਾ ਕੇ ਉਹ ਵੀ ਨਹੀਂ ਤਾਰਦੇ ਵੈਸੇ ਤਾਂ ਉਹ ਗਲਤ ਗੱਲ ਆ ਕਰਨੀ ਕਰਨਾ ਚਾਹੀਦਾ ਸੇਬ ਦਾ ਸਰਕਾ ਪਾ ਕੇ ਬੋਦ ਯਾ ਨਾ 올ਿਵ ਹੋਰਗੈਨਿਕ ਸੇਬ ਦਾ ਸਰਕਾ ਤੇ ਅਗਰ ਤੁਸੀਂ ਕਰਿਆ ਹੈ ਤਾਂ ਤੁਸੀਂ ਆਹ एक्टिवेटेड चारकोल है ना ये मैं कहूँगा अर्धा का चम्मच अर्धा टी स्पून जो खाली पेट सवेरे पांच सात दिन ले लो कट्ठे फिर चाहे पांच सात दिन बंद फिर पांच सात दिन लेंद्र रहो थोड़ी बॉडी चो हौली 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 इन्हें डिटॉक्स करना शुरू कर देना तो डिटॉक्स बहुत बड़ा यह बेंटोनाइट क्ले तो भी उपर है मगर दोनों अलग अलग कैटेगरिया ने मैं कि करूँगा मैं तो छुट्टी मारूँगा कुछ नहीं खाऊंगा काफ़ी देर तक तो दोनों मिक्स करके ले लूँगा मैं दोनों एक ਇੱਕ ਇੱਕ ਜਿਹੜਾ ਮੈਚ ਨਾ ਮਿਕਸ ਕਰਕੇ ਨਾ ਟੋਟਲ ਗਾਚਨੀ ਗਾਚਨੀ ਮਿੱਟੀ ਤੇ ਇਹ ਮਿੱਟੀ ਮਗਰ ਐਡੇਬਲ ਜਿਹੜੀ ਮੈਂ ਤੁਹਾਨੂੰ ਦੱਸੀ ਸੀ ਵੈਂਟਰਨੈਟ ਕਲੇ ਗਾਚਨੀ ਮਿੱਟੀ ਐਡੇਬਲ ਉਸ ਚ ਨਾ ਜਿਹੜੀ ਐਡੇਬਲ ਨਹੀਂ ਹੁੰਦੀ ਉਹ ਉਹਦੇ ਚ ਬਹੁਤ ਜ਼ਿਆਦਾ ਸੋਡੀਅਮ ਕੰਟੈਂਟ ਹੁੰਦਾ ਉਹ ਗਲਤ ਹੈ ਆਪਾਂ ਨੂੰ ਹਾਈ ਕੈਲਸ਼ੀਅਮ ਕੰਟੈਂਟ ਚਾਹੀਦਾ ਮੈਂ ਗਾਚਨੀ ਮਿੱਟੀ ਤੋਂ ਮਿਕਸ ਕਰਕੇ ਉਹਦਾ ਅੱਧਾ ਟੀस्पून ਦੋਨਾਂ ਦਾ ਮਿਕਸ ਕਰਕੇ ਲੈ ਲਵਾਂਗਾ ਉਹ ਵੀ ਮੈਂ 3-4 ਦਿਨ ਡੇਲੀ ਸਵੇਰੇ ਫਾਸਟਿੰਗ ਕਰਕੇ ਲਵਾਂਗਾ ਹੈਨਾ ਤੁਹਾਡੇ ਸਟੂਲ ਦਾ ਰੰਗ ਜ਼ਰੂਰ ਅਜੀਬ ਜਿਹਾ ਹੋ ਜਾਏਗਾ ਮਗਰ ਤੁਹਾਡੀ ਢਿੱਡ ਤੁਹਾਡੀ ਇੰਟਰਸਟਾਈਨ ਤੁਹਾਡਾ ਇਮਿਊਨ ਸਿਸਟਮ ਤੁਹਾਡੇ ਤੋਂ ਬਹੁਤ ਖੁਸ਼ ਹੋਗਾ। ਲਓ ਜੀ ਹੁਣ ਇਹਦਾ ਇੱਕ ਬਹੁਤ ਬੜਾ ਫਾਇਦਾ ਮੈਨੂੰ ਬੜੇ ਲੋਕਾਂ ਦਾ ਕਮੈਂਟ ਜੀ ਮੈਸੇਜ ਆਂਦਾ ਤੁਹਾਡਾ ਚੈਨਲ ਦੇਖ ਕੇ ਮੈਨੂੰ ਬਦਹਜਮੀ ਹੈ ਜੀ। ਮੇਰਾ ਪੇਟ ਬਣ ਕੇ ਨਹੀਂ ਆਂਦੀ ਜੀ ਹਨਾ ਉਹ ਉਹਨਾਂ ਨੂੰ ਸਟੂਲ ਜਾਂ ਇਨ ਜਨਰਲ ਬਦਹਜਮੀ ਹੈ। ਐਕਟੀਵੇਟਡ ਚਾਰਕੋਲ ਇਨ ਡਾਈਜੈਸ਼ਨ ਦਾ ਬਦਹਜਮੀ ਦਾ ਰਾਜਾ ਹੈ। ਇਹੇ ਤੁਹਾਡੀ ਕਿਉਂਕਿ ਇਹਨੇ ਤੁਹਾਡੀ ਕੀ ਕਰਨੀ ਹੈ ਪੌਇਜ਼ਨਸ ਜਿਹੜੀ ਬੋਡੀ ਜਿਹੜੀ ਨਹੀਂ ਅਬਜ਼ਰਬ ਕਰਨੀ ਚਾਹੀਦੀ ਉਹਨੂੰ ਫੜ ਲਿੰਦਾ ਹੈ। ਤਾਂ ਇਹ ਤੁਹਾਡੇ ਢਿੱਡ ਨੂੰ ਤੁਹਾਡੀ ਅੰਤੜੀਆਂ ਨੂੰ ਰਿਕਵਰੀ ਦਾ ਟਾਈਮ ਦਿੰਦਾ ਹੈ। ਉਹਨਾਂ ਤੇ ਜਿਵੇਂ ਉਹਨਾਂ ਤੇ ਕਹਿ ਲੋ ਉਹਨਾਂ ਦੀ ਮਾਰ ਘਟ ਜਾਂਦੀ ਹੈ ਗਲਤ ਕੈਮੀਕਲਸ ਤੋਂ ਠੀਕ ਹੈ ਜੀ ਅਗਲੀ ਚੀਜ਼ ਕਈ ਲੋਕਾਂ ਨੂੰ ਗੈਸ ਬਹੁਤ ਆਉਂਦੀ ਹੈ ਕਿ ਉਹਨਾਂ ਦੇ ਗੈਸ ਪਾਸ ਕਰੀ ਜਾਂਦੇ ਆ ਇਹ ਉਸ ਚ ਬਹੁਤ ਹੈਲਪ ਕਰਦਾ ਹੈ ਕਿਉਂਕਿ ਹੈਨਾ ਐਂਟੀ ਸੋਸ਼ਲ ਦੀ ਗੱਲ ਹੈ ਜੀ ਬੰਦਾ ਕਹਿੰਦਾ ਯਾਰ ਗੈਸ ਬਣੀ ਜਾਂਦੀ ਹੈ ਕਰ ਕੁਝ ਸਕਦੇ ਨਹੀਂ ਪਰ ਜਿਹੜੇ ਬੰਦੇ ਲੈਨੇ ਉਹਨਾਂ ਨੂੰ ਗੈਸ ਦੀ ਪ੍ਰੋਬਲਮ ਤੋਂ ਦਿੱਕਤ ਕਾਫੀ ਆਮ ਆਂਦਾ ਹੈ ਤੇ ਇੱਕ ਇਹਦਾ ਫਾਇਦਾ ਜੀ ਹੁਣ ਹੈਪਾ ਚਲੋ ਮੈਂ ਐਡਵਾਈਸ ਕਿਵੇਂ ਦੇਣੀ ਬੰਦੀ ਹੈ ਹੈਂਗਓਵਰ ਦੇ ਵਿੱਚ ਸਭ ਤੋਂ ਵਧੀਆ ਇਲਾਜ ਹੈ ਅਗਰ ਕਿਸ ਨੇ ਜਰਾ ਪੀ ਲਈ ਅਗਲੇ ਦਿਨ ਸਿਰੇ ਕੋਈ ਨਹੀਂ ਜਾਂਦਾ ਉੱਠਿਆ ਨਹੀਂ ਜਾਂਦਾ ਸਰੀ ਟੁੱਟੀਆਂ ਨੇ ਦੇਖੋ ਕੀ ਹੋਇਆ ਪੌਇਜ਼ਨਿੰਗ ਹੋ ਗਈ ਐਨੀ ਪੌਇਜ਼ਨਿੰਗ ਹੋ ਗਈ ਕਿ ਬ੍ਰੇਨ ਬੱਚਾ ਰਾ ਬਾਕੀ ਨਰਵਸ ਨਾਲ ਗੱਲ ਨਹੀਂ ਕਰ ਪਾ ਰਿਆ ਪੌਇਜ਼ਨ ਨੇ ਸਾਰਾ ਸਿਸਟਮ ਹਾਈਜੈਕ ਕਰ ਲਿਆ ਤਾਂ ਉਸ ਵਕਤ ਆਪਾਂ ਨੂੰ ਕੀ ਚਾਹੀਦੀ ਹੈ ਜਿਹੜੀ ਚੀਜ਼ ਪੌਇਜ਼ਨ ਨੂੰ ਸੋਕ ਕਰ ਲੇ ਇਹ ਹੈਂਗਓਵਰ ਦਾ ਬਹੁਤ ਸੋਹਣਾ ਇਲਾਜ ਹੈ ਮੈਂ ਨਹੀਂ ਕਹਿੰਦਾ ਮਗਰ ਕਿਤੇ ਲੋਕੀ ਕਹਿੰਨ ਕਿ ਦੋ ਗੋਲੀਆਂ ਜੇਹ ਚ ਪਾ ਕੇ ਲੈ ਜੋ ਥਾਤੇ ਤੇ ਤੇ ਪਹਿਲਾਂ ਛੋਟੇ ਛੋਟੇ ਮਾਰ ਕੇ ਫਿਰ ਦੋ ਗੋਲੀਆਂ ਮੈਂ ਐਡਵਾਈਸ ਨਹੀਂ ਦੇ ਰਿਹਾ ਵੈਸੇ ਪੀਣੀ ਨਹੀਂ ਚਾਹੀਦੀ ਮਗਰ ਜੇਨੇ ਅਗਰ ਕਿਸੇ ਨੂੰ ਗਲਤੀ ਨਾਲ ਪੀ ਕੇ ਕਿਸੇ ਨੂੰ ਹੈਂਗਓਵਰ ਹੋ ਗਿਆ ਤਾਂ ਉਹਨੂੰ ਇਹ ਬਹੁਤ ਸੋਹਣੀ ਚੀਜ਼ ਆ ਇਹ ਹੈਨਾ ਉਸ ਵਕਤ ਉਹਨੂੰ ਹਾਈਡਰੇਸ਼ਨ ਦੀ ਬਹੁਤ ਲੋੜ ਹੁੰਦੀ ਹੈ ਮਗਰ ਉਥੇ ਤੱਕ ਪਹੁੰਚੋ ਨਾ ਵੈਸੇ ਆਪਣੇ ਚੈਨਲ ਵਾਲੇ ਲੋਕਾਂ ਨੂੰ ਲੋੜ ਨਹੀਂ ਪੈਂਦੀ ਮਗਰ ਐਜੂਕੇਸ਼ਨ ਹੋਣੀ ਗਲਤ ਗੱਲ ਨਹੀਂ ਹੈ ਤਾਂ ਜਿਹੜੀ ਐਕਟੀਵੇਟਿਡ ਚਾਰਕੋਲ ਹੈ ਇਹ ਕੀ ਕਰਦਾ ਹੈ ਇਹ ਕਾਰਬਨ ਹੁੰਦੀ ਹੈ ਕਾਰਬਨ ਦੀ ਇੱਕ ਬਹੁਤ ਸੋਹਣੀ ਪ੍ਰੋਪਰਟੀ ਹੁੰਦੀ ਹੈ ਜਿਹੜੀ ਕਾਰਬਨ ਹੈ ਨਾ ਤੁਸੀਂ ਦੇਖਿਆ ਜਿਹੜਾ ਗੈਸ ਮਾਸਕ ਹੁੰਦਾ ਨਾ ਕਲਵੰਜੀ ਉਸ 'ਚ ਕਾਰਬਨ ਹੁੰਦੀ ਹੈ ਬਹੁਤ ਸੋਹਣੀ ਕਿ ਉਸ 'ਚ ਕੋਈ ਗੰਦੀ ਗੈਸ ਸਿਰਫ ਆਕਸੀਜਨ ਅੰਦਰ ਜਾਏ ਜਿਹੜਾ ਚਾਰਕੋਲ ਹੈ ਜਿਹੜੀ ਐਕਟੀਵੇਟਿਡ ਚੀਜ਼ ਹੈ ਇਹਦਾ ਮਤਲਬ ਹੈ ਕਿ ਇਹਦੇ ਵਿੱਚ ਇਹੀ ਜੀ ਸੋਨਾ ਤੱਤ ਹੈ ਕਿ ਇਹ 네ਗੇਟਿਵ ਚੀਜ਼ ਜਿਹੜੀ ਕਿ ਸੈਲਸ ਨੂੰ ਮਾਰ ਸਕਦੀ ਹੈ ਹਾਮ ਕਰ ਸਕਦੀ ਹੈ ਇਹਨੂੰ ਅਬਜ਼ਰਬ ਕਰ ਲੈਂਦਾ ਮੈਂ ਤੇ ਇੱਕ ਐਕਸਪੈਰੀਮੈਂਟ ਨਹੀਂ ਕਰਿਆ ਮੈਨੂੰ ਲਗਾਤਾਰ ਨਹੀਂ ਖਾ ਕੇ ਦੇਖਿਆ ਕਦੇ ਹੈਨਾ ਤੇ ਕਿਉਂਕਿ ਸਾਡੇ ਕੋਲ ਥੋੜੇ ਦਿਨ ਪਹਿਲੇ ਅਰੇਂਜ ਹੋਈਏ ਮੈਂ ਤਾਂ ਹੈਵੀ ਇੰਡੀਆ ਚ ਨਹੀਂ ਤਾਂ ਮੈਂ ਦੇਖਣਾ ਚਾਹਣਾ ਕਿ ਕਿਆ ਇਹ ਬੰਦਾ ਡੇਲੀ ਲੈ ਸਕਦਾ ਇੱਕ ਗੋਲੀ ਕੋਈ ਨੁਕਸਾਨ ਤਾਂ ਨਹੀਂ ਹੈ ਅਗਰ ਮੇਰੇ ਸਾਬ ਨਾਲ ਹੈ ਦੀ ਚੀਜ਼ ਹੈ ਇਹ ਅਗਰ ਤੁਹਾਡੀ ਬੋਡੀ ਸਮਝੋ ਨਹੀਂ ਰਹੀ ਪੌਇਜ਼ਨ ਕੱ ਗੱਲ ਖਤਮ ਤਾਂ ਅਗਰ ਤੁਸੀਂ ਦੋ ਤਰੀਕੇ ਨੇ ਜੇ ਤਾਂ ਤੁਸੀਂ ਬੜਾ ਕੰਮ ਖਰਾਬ ਕਰਿਆ ਹੋਇਆ ਹੈ ਪਾਸ ਤੇ ਤੁਸੀਂ ਬਹੁਤ ਪੁੱਠੀਆਂ ਸਿੱਧੀ ਚੀਜ਼ਾਂ ਖਾਈਆਂ ਹੋਈਆਂ ਫਿਰ ਤਾਂ ਮੈਂ ਕਹੂੰਗਾ 4-5 ਦਿਨ ਡੇਲੀ ਨਿਰਨੇ ਕਾਲਜੇ ਹੈਨਾ ਅੱਧਾ ਚਮਚ ਟੀस्पून ਮਗਰ ਵੱਡਾ ਨਹੀਂ ਅੱਧਾ ਟੀस्पून ਇਹਦਾ ਤੇ ਉਹਦਾ ਮਿਕਸ ਕਰਕੇ ਦੋਨਾਂ ਦਾ ਮਤਲਬ ਕੁੱਲ ਮਿਲਾ ਕੇ ਹੈਨਾ 1/4 1/4 ਅੱਧਾ ਬਣ ਜਾਊਗਾ ਦੋਨਾਂ ਦਾ 5-7 ਦਿਨ ਤੱਕ ਲੈ ਲਓ ਫਿਰ ਤੁਸੀਂ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਲੈਂਦੇ ਰਹੋ ਮਹੀਨੇ ਦੋ ਮਹੀਨੇ ਕਿਉਂਕਿ ਬਾਡੀ ਨੂੰ ਪਿਉਰੀਫਾਈ ਕਰਨਾ ਬਹੁਤ ਜ਼ਰੂਰੀ ਹੈ ਨਾਲ ਨਾਲ ਤੁਹਾਨੂੰ ਇਹ ਵੀ ਜ਼ਰੂਰੀ ਹੈ ਕਿ ਗੜਬੜ ਕਰਨਾ ਵੀ ਨਹੀਂ ਫਿਰ ਐ ਨਹੀਂ ਹੈ ਕਿ ਸ਼ਾਮ ਨੂੰ ਪੈਗ ਲਾ ਲਿਆ ਜਾਂ ਭਟੂਰੇ ਖਾ ਲੇ ਉਹ ਉਹ ਕੀ ਹੈ ਉਹ ਬਾਡੀ ਦੀ ਡੀਟੌਕਸੀਫਿਕੇਸ਼ਨ ਨੂੰ ਰੋਕ ਦੇਗਾ ਆਪਾਂ ਡੀਟੌਕਸ ਕਰਨੀ ਹੈ ਬਾਡੀ ਮਗਰ ਹੌਲੀ ਹੌਲੀ ਤੇ ਇਹਨੂੰ ਖਾਂਦੇ ਸਾਰ ਕੋਈ ਹੋਰ ਚੀਜ਼ ਨਹੀਂ ਖਾਣੀ ਪੀਣੀ ਸਿਰਫ ਪਾਣੀ ਚ ਮਿਕਸ ਕਰਿਆ ਤੇ ਯਾਦ ਰੱਖਣਾ ਨੂੰ ਪਾਣੀ ਚ ਮਿਕਸ ਕਰਨਾ ਬਹੁਤ ਜ਼ਰੂਰੀ ਹੈ ਬੈਂਟਨਾਈਟ ਕਲੇ ਨੂੰ ਤਾਂ ਪਾਣੀ ਚ ਹੀ ਮਿਕਸ ਕਰਕੇ ਖਾਈਦਾ ਹੈ ਉਹਦੀ ਉਹਦੀ ਉਹ ਚੀਜ਼ ਜਿਹਨੂੰ ਆਪਾਂ ਕਹਿੰਦੇ ਮਲਤਾਨੀ ਮਿੱਟੀ ਦੀ ਅਸਲੀ ਚੀਜ਼ ਉੱਥੇ ਸ਼ੁਰੂ ਹੁੰਦੀ ਹੈ ਉਹਨ ਇੱਕ ਬੜਾ ਸੋਹ ਸਾਨੂੰ ਰਿਕਵੈਸਟ ਆndi ਕੁੜੀਆਂ ਦੀ ਕਹਿੰਦੀ ਰਵਿੰਦਰ ਜੀ ਸਕਿਨ ਵਧੀਆ ਕਰਨ ਦਾ ਤਰੀਕਾ ਦੱਸੋ ਹੂੰ ਆ ਦੋਨੋਂ ਟੀਜੇ ਮਿਕਸ ਕਰਨੇ ਆ ਅੱਧਾ ਅੱਧਾ ਚਮਚ ਦੋਨੋਂ ਦਾ ਥੋੜਾ ਪਾਣੀ ਪਾ ਕੇ ਤੇ ਲੇਪ ਜਾਂ ਬਣਾ ਕੇ ਮੂੰਹ ਤੇ ਲਾ ਲੈਣਾ ਮੈਂ ਕਹਿੰਦਾ ਬੱਲੇ ਕਿਉਂਕਿ ਇਹਦੇ ਚ ਕੀ ਹੈ ਇਹ ਦੋਨੋਂ ਕੈਮੀਕਲਸ ਪੁੱਲ ਕਰਦੀਆਂ ਹੂੰ ਹੈ ਨਾ ਜਿਹੜਾ ਆਪਣੇ ਅੰਦਰ ਫਸਿਆ ਇੰਪਿਉਰਿਟੀਆਂ ਉਹ ਕੈਮੀਕਲ ਨਹੀਂ ਉਹ ਤਾਂ ਨੈਗੇਟਿਵ ਚੀਜ਼ਾਂ ਨੇ ਮੈਂ ਤਾਂ ਕੀ ਕਰੂੰਗਾ ਪਹਿਲਾਂ ਲਾ ਕੇ ਮੈਂ 15 ਮਿੰਟ ਲੱਗਿਆ ਰਹਨੂੰਗਾ ਸੁੱਕ ਜਾਂਦੋ ਫਿਰ ਮੈਂ ਕੀ ਕਰਨਾ 1 ਲੀਟਰ ਪਾਣੀ ਚ ਇੱਕ ਟੀस्पून ਐਪਲ ਸਾਈਡਰ ਵਿਨੇਗਰ ਘੋਲ ਲੈਣਾ ਉਹਦੇ ਨਾਲ ਮੂੰਹ ਧੋਤ ਲੈਣਾ ਅੱਛਾ ਬੱਲੇ 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 ਕੋਲੋਂਜੀ ਜਿਹੜਾ ਐਪਲ ਇੱਕ 1 ਲੀਟਰ ਪਾਣੀ ਦੇ ਵਿੱਚ ਇੱਕ ਚਮਚ ਐਪਲ ਸਾਈਡਰ ਵਿਨੇਗਰ ਤੇ ਨਾਲ ਪਹਿਲਾਂ ਉਹ ਲਾ ਲੈਣਾ ਚਾਰ ਕੋਲ ਤੇ ਉਹ ਮਿਕਸ ਕਰਕੇ ਹਾਂਜੀ ਤੇ ਕਿੰਨੀ ਦੇ ਰੱਖਣਾ ਲਾ ਕੇ 15 ਮਿੰਟ ਸੁੱਕ ਲੈਣ ਦਿਓ ਸੁੱਕ ਲੈਣ ਦਿਓ ਚੰਗਾ 15 ਮਿੰਟ ਸੁੱਕ ਸੁੱਕਣ ਤੋਂ ਬਾਅਦ ਇਸ ਇਸ ਦੌਰਾਨ ਬੋਲਣਾ ਨਹੀਂ ਹੈਗਾ ਕਈ ਵਾਰੀ ਉਹ ਕ੍ਰੈਕਸ ਪੈ ਕੇ ਕੰਮ ਖਰਾਬ ਹੋ ਜਾਂਦਾ ਉਹ ਉਹ ਵੀ ਹੁੰਦਾ ਹੈ ਉਹ ਕਹਿੰਦੇ ਕਹਿੰਦੇ ਜਿੰਨਾ ਮਰਜ਼ੀ ਕੰਪਲੀਕੇਟ ਕਰ ਲੋ ਬੋਲਣ ਨਾਲ ਨਹੀਂ ਕੁਝ ਹੁੰਦਾ ਉਹ ਜਦੋਂ ਕੈੜਾ ਹੌਲੈਂਡਾ ਬੋਲੇ ਆਪਣੇ ਨੂੰ ਜਾਣਾ ਮੈਂ ਕ੍ਰਿਕਟ ਕਰੂਗਾ ਹੈਨਾ ਹੌਲੈਂਡੋ ਠੀਕ ਆ ਤੇ ਉਹ ਤੋਂ ਬਾਅਦ ਆਪਾਂ 15-20 ਮਿੰਟ ਬਾਅਦ ਜਿਹੜਾ ਉਹਨੂੰ 1 ਲੀਟਰ ਪਾਣੀ ਦੇ ਵਿੱਚ ਐਪਲ ਸਾਈਡਰ ਵਿਨੇਗਰ ਪਾ ਕੇ ਤੇ ਇੱਕ ਹੰਤੰਗੀ ਦਾ ਇੱਕ ਚਮਚ ਹਾਂ ਤੇ ਉਹ ਧੋ ਲੈਣਾ ਮੂੰਹ ਧੋ ਲੈਣਾ ਚੱਜਣਾ ਮੈਂ ਕਹਿੰਦਾ ਬੱਲੇ ਬੱਲੇ ਤੁਸੀਂ ਇਹਦੇ ਉੱਪਰ ਕੁੜੀਆਂ ਐਕਸਪੈਰੀਮੈਂਟ ਕਰਕੇ ਦੱਸ ਸਕਦੀਆਂ ਆਪਾਂ ਨੂੰ ਇਹ ਬਾਲਾਂ ਲਈ ਵੀ ਅੰਮ੍ਰਿਤ ਹੈ ਸਕਲ ਲਈ ਮਗਰ ਉਹ ਮੈਂ ਕਰਕੇ ਨਹੀਂ ਦੇਖਿਆ ਉਹ ਕਰਕੇ ਦੱਸਣਗੇ ਕੋਈ ਆਪਾਂ ਨੂੰ ਬਿਨ ਦੇਸੂ ਆਕੇ ਵਾਜੀ ਆ ਬੱਲੇ ਬੱਲੇ ਹੋ ਕੇ ਬਾਲਾਂ ਦੀ ਵੀ ਮੈਨੇ ਕਰਕੇ ਦੇਖਿਆ ਹਜੇ ਮੇਰੇ ਕੋਲ ਟਾਈਮ ਨਹੀਂ ਹੈ ਉਸੇ ਕਰਾ ਲਾਂਗੇ ਐਕਸਪੈਰੀਮੈਂਟ ਮਗਰ ਮੂੰਹ ਤਾਂ ਤਾਂ ਮੈਨੂੰ ਗਾਰੰਟੀ ਹੈ ਦੇਖੋ ਬਾਡੀ ਨਾ ਸਕਿਨ ਹੈਡੀ ਇਹ ਵਿਚਾਰੀ ਐਕਸਪੋਜ਼ ਹੈ ਬਹੁਤ ਜ਼ਿਆਦਾ ਹਾਰਮਫੁਲ ਕੈਮੀਕਲਸ ਤੋਂ ਹੁਣ ਪੋਲੂਸ਼ਨ ਦੇ ਹਾਲ ਦੇਖ ਲਿਓ ਕੀ ਸੀ ਪਿੱਛੇ ਜੇ ਉਹ ਸਾਰਾ ਬਾਡੀ ਨੂੰ ਚੇਲ ਨਹੀਂ ਪੈਂਦਾ ਸੀ ਅਗਰ ਉਹ ਬਾਡੀ ਨੇ ਚੇਲਿਆ ਉਹ ਅਬਜ਼ਰਬ ਵੀ ਹੋਇਆ ਤਾਂ ਮੈਂ ਤਾਂ ਕੀ ਕਹੂੰਗਾ ਲਾ ਕੇ ਮਲ ਕੇ ਮੜਾ ਜਾ 15 ਮਿੰਟ ਦੋਨਾਂ ਨੂੰ ਨਾਲੋ ਹੂੰ ਦੇਖੋ ਬੜਾ ਟੈਨਸ਼ਨ ਨਹੀਂ ਲੈਂਦੀ ਕਿ ਬਾਡੀ ਦੇ ਪਿੱਛੇ ਪਹਿਣਾ ਨਹੀਂ ਮਗਰ ਮਾੜੇ ਮੋٹے ਧਿਆਨ ਰੱਖਣਾ ਕੋਈ ਨੁਕਸਾਨ ਨਹੀਂ ਹੁੰਦਾ ਉਹ ਲੋਕੀ ਮੱਡਬਾਥ ਨਹੀਂ ਕਰਦੇ ਹੂੰ ਹੂੰ ਉਹੀ ਤਾਂ ਹੈ ਉਹ ਸਾਰਾ ਕੁਝ ਕਰ ਦਿੰਦਾ ਬਾਡੀ ਚ ਉਸ ਤਾਂ ਪਹਿਣਾ ਪੈਂਦਾ ਮੈਨੂੰ ਕੋ ਆਪਣਾ ਕੋਈ ਨਾ ਟਾਈਮ ਨਹੀਂ ਹੈਗਾ ਆਪਾਂ ਕਹਿ ਕੇ ਭਾਈ ਲੋਸ਼ਨ ਜਾਂ ਬਣਾਇਆ ਲਾਇਆ ਸ਼ਰੀਰ ਤੇ 10 ਮਿੰਟ ਇੱਕ ਗਾਣਾ ਸੁਣਿਆ ਉਤਮ ਨਾਲੇ ਕਿ ਜਿਆ ਟਾਈਮ ਹੀ ਨਾ ਲੱਗੇ ਸੱਪ ਵੀ ਮਰਜ਼ੀ ਤੇ ਲਾਠੀ ਵੀ ਨਾ ਟੁੱਟੇ ਇੰਨਾ ਟਾਈਮ ਹੀ ਲਾ ਸਕਦੇ ਆਪਾਂ ਮਗਰ ਆਪਣਾ ਆਪਣਾ ਮਕਸਦ ਹੀ ਹੈ ਕਿ ਸਸਤੀ ਚੀਜ਼ ਬਹੁਤ ਸਸਤੀ ਚੀਜ਼ ਨਾ ਘਰੇ ਬੈਠੇ ਤਬ ਇਹ ਸੈਟ ਹੋਣਾ ਜੀ ਉਹਨਾਂ ਕਰ ਜਿਹੜੇ ਲੋਕਾਂ ਨੇ ਬਹੁਤ ਇਨ ਆਰਗੈਨਿਕ ਦਵਾਈਆਂ ਜਿਨ੍ਹਾਂ ਨੇ ਬਹੁਤ ਪੁੱਠੀਆਂ ਸੀ ਤੇ ਦਵਾਈਆਂ ਜਿਨ੍ਹਾਂ ਨੇ ਬਹੁਤ ਪੁੱਠੀਆਂ ਸੀ ਆਹ ਸਬਜ਼ੀਆਂ ਖਾਈਆਂ ਹਨਾ ਉਹਨਾਂ ਨੂੰ ਡੀਟੌਕਸ ਦੀ ਲੋੜ ਹੈ ਕੀ ਕਰੀਏ ਉਹ ਡੀਟੌਕਸ ਬਹੁਤ ਜ਼ਿਆਦਾ ਵਧੀਆ ਹੈ ਅਗਰ ਉਹ ਡੀਟੌਕਸ ਕਰਨਗੇ ਉਹਦੇ ਬਹੁਤ ਫਾਇਦੇ ਨੇ ਤਾਂ ਆਪਾਂ ਡੀਟੌਕਸ ਕੀ ਮੇ ਕਰਨਾ ਆਪਾਂ ਨਾਰਮਲ ਚੀਜ਼ ਨਾ ਕਰਨਾ ਕੋਈ ਤਰੀਕ ਉਹ ਪੁੱਠੀ ਹੀ ਕਰਨੇ بڑے ਲੋਕ ਕੁੰਜਨ ਕਰ ਲੈਂਦੇ ਨੇ ਕੋਈ ਹੈਨਾ ਕੋਈ ਸਿੱਧਾ ਹੀ ਕੌੜ ਤੋਂ ਮੇ ਦਾ ਪੂਰਾ ਉਹ ਖਾਣ ਦਾ ਖਾਸ ਹੈ ਕੋਲੋਂ ਤੋਂ ਪੇਟ ਸਾਹ ਇਹੋ ਜਿਹਾ ਕੁਝ ਨਹੀਂ ਕਰਨਾ 1 ਲੱਖ ਤੱਕਾ ਨਹੀਂ ਮਰੀਦਾ ਹੌਲੀ ਹੌਲੀ ਪੁਆਇਜ਼ਨ ਇਕੱਠੀ ਹੋਈ ਸੀ ਹੌਲੀ ਹੌਲੀ ਕੱਢ ਲਾਂਗੇ ਜੇ ਤੁਸੀਂ 1 ਲੱਖ ਤੱਕਾ ਮਾਰੋਗੇ ਸਰੀਰ ਨੂੰ ਸਰੀਰ ਨੂੰ ਇਫੈਕਟ ਪੈਂਦਾ ਤਾਂ ਮੈਂ ਕੋਸ਼ਿਸ਼ ਕਰੂੰਗਾ ਕਿ ਜਿਵੇਂ ਰਾਤ ਨੂੰ ਖਾਇਆ 7 8 ਵੇ ਖਾਣਾ ਖਾਇਆ ਅਗਲੇ ਦਿਨ 11 ਕੋਈ ਤੱਕ ਕੁਝ ਨਹੀਂ ਖਾਇਆ ਨੀ ਬੂ ਪਾਣੀ ਪੀ ਲਿਆ ਪਰਸਾਡਰ ਪੀ ਲਿਆ ਉਤਵਾ ਇੱਕ ਅੱਧਾ ਚਮਚ ਸੋਰੀ ਟੋਟਲ ਅੱਧਾ ਚਮਚ ਦੋਨੋਂ ਮਿਕਸ ਕਰ ਲਈ ਬਰਾਬਰ ਬਰਾਬਰ ਉਹਦਾ ਅੱਧਾ ਚਮਚ ਟੀਸਪੂਨ ਪਾਣੀ ਚ ਘੋਲ ਕੇ ਇਹਦਾ ਪੀ ਲਿਆ ਡੇਢ ਦੋ ਘੰਟਾ ਕੁਝ ਨਹੀਂ ਕਰਨਾ ਝੜਨ ਦਿਓ ਕਰ ਲੈਣ ਦਿਓ ਕੰਮ ਫਿਰ ਆਪਣਾ ਖਾਣਾ ਖਾਣਾ ਹੈ ਨਾ ਤੇ ਅਗਰ ਉਸ ਟਾਈਮ ਖਾਣਾ ਮੈਂ ਹੁੰਦਾ ਉਸ ਟਾਈਮ ਵੀ ਕਹਾਂਗਾ ਕਿ ਗ੍ਰੀਨਸ ਹੈ ਨਾ ਸੁਪਰ ਗ੍ਰੀਨ ਤੇ ਵੀਟ ਗ੍ਰਾਸ ਮਿਕਸ ਕਰਕੇ ਤੇ ਇੱਕ ਚੀਜ਼ ਹੋਰ ਕੁਲਵੰਤੀ ਉਹ ਵੀ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਡੈਂਟਲਨ ਜਿਹੜੇ ਹੁੰਦੇ ਨਾ ਗ੍ਰੀਨਸ ਹੁੰਦੇ ਨੇ ਉਹਦਾ ਪਾਊਡਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਡੈਂਟਲਨ ਗ੍ਰੀਨ ਕਿਉਂਕਿ ਆਪਣੇ ਕੋਲ ਬਹੁਤ ਸੋਹਣਾ ਡੈਂਟਲਨ ਹੁੰਦਾ ਸੀ ਇੰਡੀਆ 'ਚ ਮਗਰ ਆਪਣੇ ਸਪਰੇਅ ਕਰ ਕਰਕੇ ਕਰ ਕਰਕੇ ਉਹਦੀ ਸਾਰੀ ਕਿਸਮ ਖਰਾਬ ਕਰ ਲਈ ਤਾਂ ਮੈਂ ਉੱਤਰਾਖੰਡ ਤੋਂ ਇੰਤਜ਼ਾਮ ਕਰ ਰਹੇ ਹਾਂ ਸਾਥ ਉਹ ਵੀ ਦੱਸਦਾ ਮੈਂ ਜਿਹੜੀ ਸਾਡੀ ਜਿੰਨੀ ਗ੍ਰੀਨਸ ਹੈ ਸਾਡੀਆਂ ਅਸੀਂ ਉੱ ਉਹ ਕਰ ਰਹੇ ਸੋਰਸ ਉਹਦਾ ਕਾਰਨ ਹੈ ਉਥੇ ਕਦੇ ਵੀ ਉਸ ਜ਼ਮੀਨ ਤੇ ਕਦੇ ਵੀ ਕੈਮੀਕਲ ਨਹੀਂ ਪਿਆ ਹੋਇਆ ਕਦੇ ਵੀ ਐਣੀ ਹੈ ਕਿ ਪੰਜਾਬ ਚ ਕੈਮੀਕਲ 7 ਸਾਲ ਫਰੀ ਰੱਖਣੀ ਪੈਂਦੀ ਹੈ ਆਰਗੇਨਿਕ ਲੈਣ ਲਈ 3 ਤੋਂ 7 ਸਾਲ ਉਹ ਜ਼ਮੀਨ ਚ ਕਦੇ ਕੈਮੀਕਲ ਪਏ ਨਹੀਂ ਤਾਂ ਮੈਨੂੰ ਚੀਜ਼ ਇਹੋ ਜੀ ਪਸੰਦ ਹੈ ਕਿ ਭਾਈ ਜਿਸ ਤੇ ਆਪਾਂ ਨੂੰ ਕੋਈ ਟੈਨਸ਼ਨ ਲੈਣੀ ਨਾ ਪਵੇ ਤੁਹਾਡੇ ਸੁਪਰ ਗ੍ਰੀਨਸ ਨੇ ਆਰਗੇਨਿਕ ਲੈਂਡ ਤੋਂ ਹੈ ਤੇ ਐਵੇਂ ਮੈਂ ਉਥੋਂ ਦੀ ਕੋਸ਼ਿਸ਼ ਕਰੂੰਗਾ ਕਿ ਆਪਾਂ ਨੂੰ ਡੈਂਡਲion ਗ੍ਰੀਨਸ ਮਿਲ ਜਾਣ ਹੈ ਥੋੜੇ ਫਾਈਬਰ ਜ਼ਿਆਦਾ ਹੁੰਦਾ ਨਾ ਮਗਰ ਉਹਨਾਂ ਦੇ ਵਿੱਚ ਵੀ ਐਗਜ਼ੈਕਟਲੀ ਆਹੀ ਇਫੈਕਟ ਹੈ ਐਕਟੀਵੇਟਡ ਚਾਰਕੋਲ ਵਰਗਾ ਪੋਇਜ਼ਨ ਤੇ ਡੀਟੌਕਸ ਵਾਲਾ ਤਾਂ ਉਹ ਵੀ ਲੱਭ ਲਾਂਗੇ ਤਾਂ ਇਸ ਵਕਤ ਆਪਾਂ ਜਿਹੜੀ ਗੱਲ ਕਰ ਰਹੇ ਆਂ ਅੱਛਾ ਇੱਕ ਹੋਰ ਚੀਜ਼ ਕਹਿਣੀ ਭੁੱਲ ਗਿਆ ਕੋਲੋਂ ਜੀ ਮੋਲਡ ਪਤਾ ਨੂੰ ਕਿਹਨੇ ਮੋਲਡ ਘਰਾਂ ਦੇ ਵਿੱਚ ਮੋਲਡ ਲੱਗ ਜਾਂਦਾ ਹੁੰਦਾ ਬੜੇ ਲੋਕਾਂ ਨੂੰ ਮੋਲਡ ਤੋਂ ਇਨਫੈਕਸ਼ਨ ਹੁੰਦੀ ਉਹਨੂੰ ਪਤਾ ਵੀ ਨਹੀਂ ਹੁੰਦਾ ਮੈਨੂੰ ਉਹਦਾ ਪੰਜਾਬੀ ਵਰਡ ਕੀ ਕਾਈ ਕਾਈ ਮੋਲਡ ਵਰਗੀ ਚੀਜ਼ ਹੁੰਦੀ ਹੈ ਮਗਰ ਜਿਵੇਂ ਘਰਾਂ 'ਚ ਅਗਰ ਆਪਾਂ ਕਹਿੰਦੇ ਕਿ ਕਈ ਸਲਾਬ ਰੈਨ ਕਰ ਕਰਕੇ ਇੱਕ ਪ੍ਰੋਬਲਮ ਆ ਜਾਂਦੀ ਹੁੰਦੀ ਹੈ ਸਲਾਬ ਕਰਕੇ ਇਨਫੈਕਸ਼ਨ ਹੋ ਜਾਂਦੀ ਹੁੰਦੀ ਹੈ ਉਹਨੂੰ ਮੋਲਡ ਕਹਿੰਦੇ ਇੰਗਲਿਸ਼ ਉਹ ਮੋਲਡ ਅਗਰ ਅੰਦਰ ਚਲਾ ਜਾਏ ਬਹੁਤ ਇਸਟੇ ਮੋਲਡ ਡੇਂਜਰਸ ਇਨਫੈਕਸ਼ਨਸ ਹੁੰਦੀਆਂ ਨੇ ਜਿਹੜਾ ਐਕਟੀਵੇਟਡ ਚਾਰਕੋਲ ਹੈ ਉਹ ਮੋਲਡ ਨੂੰ ਵੀ ਐਬਜ਼ਾਰਬ ਕਰ ਲੈਂਦਾ ਹੈ ਬਾਡੀ ਚ ਮੈਂ ਮੈਨੂੰ ਇਹਦਾ ਵਰਡ ਨਹੀਂ ਮਿਲ ਰਿਹਾ ਸੀਗਾ ਕਿਵੇਂ ਦੱਸਾਂ ਮੈਂ ਇਹਨੂੰ ਮੋਲਡ ਕਹਿੰਦੇ ਐਮ ਓ ਐਲ ਡੀ ਤਾਂ ਮੋਲਡ ਨੂੰ ਵੀ ਐਬਜ਼ਾਰਬ ਕਰ ਲੈਂਦਾ ਹੈ ਤਾਂ ਇੱਕ ਨਾਰਮਲ ਬੰਦੇ ਨੂੰ ਮੈਂ ਕਹੂੰਗਾ ਜਿਵੇਂ ਉਹਨੇ ਕੀ ਕਰਨਾ ਹੈ 1/4 ਕੁਆਟਰ ਹੈਨਾ ਕੁਆਟਰ ਆਫ ਜਿਹਨੂੰ ਕਹਿੰਦੇ ਹੈ टीस्पून ਡੇਲੀ ਉਹ ਲੈਂਦਾ ਰਹੇ ਦਿਨ ਚ ਉਹਨੂੰ ਕੋਈ ਨੁਕਸਾਨ ਨਹੀਂ ਹੈ ਖਾਲੀ ਪੇਟ ਲੈਗਾ ਤਾਂ ਫਾਇਦਾ ਹੈ ਜਿਹੜੇ ਬੰਦੇ ਨੇ ਬਹੁਤ ਜ਼ਿਆਦਾ ਦਵਾਈਆਂ ਖਾਈਆਂ ਹੋਈਆਂ ਜਿਨੇ ਬਹੁਤ ਜ਼ ਇਨオーਰਗੈਨਿਕ ਸਬਜ਼ੀਆਂ ਜਾਂ ਸਪ੍ਰੇਆਂ ਨਾਲ ਡੀਲ ਕਰਿਆ ਹੋਇਆ ਉਹਨੂੰ ਤਾਂ ਜਿਵੇਂ ਮੈਂ ਕਿਹਾ ਕਿ 5-7 ਦਿਨ ਅੱਛੀ ਡੋਸੇਜ ਫਿਰ ਉਸ ਤੋਂ ਬਾਅਦ ਡੇਲੀ ਯਕੀਨ ਛੱਡ ਕੇ ਲੈੰਦਾ ਰਹੇ ਇਹਦਾ ਕੋਈ ਨੁਕਸਾਨ ਨਹੀਂ ਹੈ ਜੀ ਕੋਈ ਓਵਰਡੋਸ ਨਹੀਂ ਹੈ ਮਗਰ ਮੈਂ ਜ਼ਿਆਦਾ ਨਹੀਂ ਕਹੂੰਗਾ ਕਿ ਪਾਊਡਰ ਹੈ ਹੈਨਾ ਬਹੁਤ ਹਲਕਾ ਹੈ ਪਾਊਡਰ ਹੈ ਤਾਂ 1/4 ਟੀਸਪੂਨ ਤੋਂ 1/2 ਟੀਸਪੂਨ ਹਰ ਰੋਜ਼ ਲੈੰਨਾ ਕੋਈ ਨੁਕਸਾਨ ਨਹੀਂ ਹੈ ਤੇ ਮਗਰ ਜਿਵੇਂ 10-15 ਦਿਨ ਲੈ ਲਿਆ ਉਹ ਤਾਂ 10-15 ਦਿਨ ਦਾ ਗੈਪ ਦੀ ਪਾ ਦੋਗੇ ਤਾਂ ਵੀ ਚੱਲ ਜਾਏਗਾ ਜੇ ਤੁਸੀਂ ਇੰਟਰਸਟਿਡ ਹੋ ਇਹ ਅਸੀਂ ਮੈਂ ਇਹਦੇ ਉੱਪਰ ਗੱਲ ਕਰਨੀ ਭੁੱਲ ਗਿਆ ਆਈਟਮ ਤਾਂ ਸਾਡੇ ਕੋਲ ਪਹਿ ਹੀ ਲਾਂਚ ਕਰੀ ਹੋਈ ਹੈ ਸਾਡੇ ਨੇ ਤੁਸੀਂ ਅਨਸ਼ੁਲ ਜੀ ਨੂੰ ਹਨਾ 85 95 75 40 90 ਤੇ ਆਰਡਰ ਕਰ ਸਕਦੇ ਹੋ ਜਾਂ ਸਿਮੀ ਜੀ ਨੂੰ ਫੋਨ ਕਰਕੇ 82 870 14168 ਤੇ ਮੰਗਵਾ ਸਕਦੇ ਹੋ ਇਹਦੇ ਫਾਇਦੇ ਹੋਰ ਹਾਂਜੀ ਹਾਂ ਇਹਦੇ ਇਹਦੇ ਫਾਇਦੇ ਹੋਰ ਤੁਹਾਨੂੰ ਪੁੱਛਦੇ ਹਾਂ ਕਿਹਨਾਂ ਲੋਕਾਂ ਨੂੰ ਇਹ ਨਹੀਂ ਲੈਣੀ ਚਾਹੀਦੀ ਕੋਈ ਜੀ ਦੇਖੋ ਡੀਟੌਕਸ ਕੌਣ ਯੂਜ਼ ਕਰ ਸਕਦਾ ਮੇਰੇ ਹਿਸਾਬ ਨਾਲ ਡੀਟੌਕਸ ਜਿਹਦਾ ਕੋਈ ਲਿਵਰ ਲੂਵਰ ਟ੍ਰਾਂਸਪਲੈਂਟ ਹੋਇਆ ਹੋਵੇ ਜਾਂ ਕਿਡਨੀ ਟ੍ਰਾਂਸਪਲੈਂਟ ਹੋਈ ਹੋਵੇ ਉਹੋ ਜਿਹੇ ਬੰਦੇ ਨੂੰ ਤਾਂ ਵੈਸੇ ਕੋਈ ਪੰਗਾ ਲੈਣਾ ਚਾਹੀਦਾ। ਹੋਰ ਜੇ ਤੁਸੀਂ ਪ੍ਰੈਗਨੈਂਟ ਹੋ ਫੇਰ ਮੈਂ ਡਾਕਟਰ ਨੂੰ ਜ਼ਰੂਰ ਪੁੱਛ ਲੂੰਗਾ ਇੱਕ ਵਾਰੀ ਭਾਈ ਕਿਹੇ ਹੀ ਚੀਜ਼ ਖਾਣ ਤੋਂ ਪਹਿਲਾਂ ਕੋਈ ਵੀ ਡੀਟੌਕਸ ਕਰਨ ਵਾਲੀ ਵਰਨਾ ਕੋਈ ਕੇਸ ਹੈ ਜਾਂ ਨਹੀਂ ਹੈ ਜਿਹੜਾ ਡੀਟੌਕਸ ਤੋਂ ਫਾਇਦਾ ਨਹੀਂ ਚੱਕ ਸਕਦਾ। ਸ਼ੂਗਰ ਵਾਲੇ ਬੰਦੇ ਲਈ ਅਮਰਤ ਹੈ, ਲਿਵਰ ਵਾਲੇ ਕੇਸ ਤਾਂ ਮਹਾਮਰਤ ਹੈ। ਪੀਸੀਓਡੀ, ਪੀਸੀਓਐਸ ਚ ਅਮਰਤ ਹੈ, ਲਿਵਰ, ਥਾਇਰੋਇਡ ਵਾਲੇ ਕੇਸ ਚ ਅਮਰਤ ਹੈ। ਮਗਰ ਜੇ ਤੁਸੀਂ ਕੋਈ ਮੋਟੀ ਬਿਮਾਰੀਆਂ ਜੁਝ ਰਹੇ ਹੋ, ਹੈਨਾ ਕੀਮੋਕੋਮੋ ਕਰਾ ਰਹੇ ਹੋ ਜਾਂ ਤੁਹਾਡੀ ਕੋਈ ਉਹ ਚੱਲਦੀ ਹੈ ਇਮਿਊਨ ਸਪਰੈਸੈਂਟਸ ਚ ਥੋਡੀ ਉਹ ਚਲਦੀ ਹੈ ਡਾਇਲਿਸਿਸ ਚਲਦੀ ਹੈ ਖਾਸੀ ਖਤਰਨਾਕ ਹਾਲਚ ਮੈਂ ਡਾਕਟਰ ਤੋਂ ਸਲਾਹ ਕਰੇ ਬਿਨਾਂ ਲਾਉਂਗਾ ਵਰਨਕ ਆਮ ਬੰਦੇ ਲਈ ਇਹ ਉਹ ਚੀਜ਼ਾਂ ਨੇ ਜਿਹੜੀ ਦਾਦੀ ਨਾਨੀ ਦੇ ਨੁਸਖੇ ਸੀ ਇਹ ਇਹ ਹੁੰਦੇ ਸੀ ਆਪਣੇ ਕੋਲ ਇਹ ਕਿਹੜਾ ਕੋਈ ਡਾਕਟਰੀ ਸਲਾਹ ਹੈ ਨਾ ਤੱਕੜੇ ਕਰੇ ਦਵਾਈ ਰਖਾਈਓ ਹਨਾ ਆਪਾਂ ਇਹ ਨਹੀਂ ਕਰੇ ਆਪਾਂ ਤੇ ਕਰੇ ਕਿ ਚੀਜ਼ ਦੇ ਫਾਇਦੇ ਕੀ ਆ ਤਾਂ ਕਿਹੜੇ 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 ਅੰਗਾਂ ਨੂੰ ਇਹ ਡੀਟੌਕਸੀਫਾਈ ਕਰਦਾ ਹੈ ਸਭ ਤੋਂ ਪਹਿਲਾਂ ਜੀ ਲਿਵਰ ਕਿਡਨੀ ਹਨਾ ਬਲੇਡਰ ਆਪਣਾ ਇੰਟਰਸਟਾਈਨਸ ਆ ਆਪਣਾ ਬਲੱਡ ਪਿਉਰੀਫਿਕੇਸ਼ਨ ਚ ਹੈਲਪ ਕਰੇਗਾ ਇਹ ਦੇਖੋ ਜਿੱਥੇ ਡੀਟੌਕਸ ਹੋ ਗਿਆ ਬਹੁਤ ਚੀਜ਼ਾਂ ਫਾਇਦਾ ਹੋ ਜਾਂਦਾ ਇਮੇਜਿਨ ਕਰੋ ਤੁਹਾਡੇ ਅੰਦਰ ਉਹ ਇਨ ਡਾਈਜੈਸ਼ਨ ਚਲੀ ਗਈ ਨਾਲ ਦੇ ਨਾਲ ਤੁਹਾਡੀ એનર્ਜੀ ਵਧ ਗਈ એનર્ਜੀ ਵਧਦਾ ਹੀ ਤੁਹਾਡਾ weight loss ਹੋਏਗਾ ਤੇ ਤੁਹਾਡੀ ਨੀਂਦ ਅੱਛੀ ਹੋ ਜਾਏਗੀ ਤਾਂ ਕਹੀ ਦੀ ਕਹੀ ਦੀ ਪ੍ਰੋਬਲਮਾਂ ਸੋਲਵ ਹੋਸ ਨੇ ਹੋਰ ਤਾਂ ਹੋਰ ਜੇ ਤੁਹਾਡੀ ਜਿਹਨੂੰ ਆਪਾਂ ਕਹਿੰਦੇ ਆਹਾ ਗਲਾਈਫੋਸਟਲੀ ਦਿੱਕਤ ਸੋਲਵ ਹੋ ਜੇ ਤੁਹਾਡੇ ਫਲੋਰਾ ਬਣਨ ਲੱਗ ਜੂਗਾ ਫਲੋਰਾ ਬੰਦੇ ਇਮਿਊਨ ਸਿਸਟਮ ਬ੍ਰੇਨ ਫੌਗ ਬ੍ਰੇਨ ਸੈਲਸ ਸਭ ਸੈਟ ਆਨ ਆ ਜਾਂਦਾ ਕਈ ਜਣੇ ਕਿ ਇਨਡਾਇਰੈਕਟਲੀ ਬਹੁਤ ਫਾਇਦਾ ਕਰ ਦਿੰਦੀ ਆ ਤਾਂ ਹੀ ਮੈਂ ਕਹਿ ਕਿ 7 ਤੋਂ 15 ਦਿਨ ਤੱਕ ਇਹ ਕਰਨਾ ਕਰਕੇ ਦੇਖੋ ਤੁਸੀਂ ਉਸ ਤੋਂ ਬਾਅਦ ਸਾਨੂੰ ਵੀਡੀਓ ਬਣਾ ਕੇ ਭੇਜੋਗੇ ਕਿ ਰਵਿੰਦਰ ਜੀ ਫਲਾਣੀ ਚੀਜ਼ ਠੀਕ ਹੋ ਗਈ ਫਲਾਣੀ ਚੀਜ਼ ਠੀਕ ਹੋ ਗਈ ਫਲਾਣੀ ਚੀਜ਼ ਠੀਕ ਹੋ ਗਈ ਤੇ ਸਾਨੂੰ ਤੁਹਾਡੀ ਵੀਡੀਓ ਚਾਹੀਦੀ ਜਰੂਰ ਹੈ ਜੀ ਕਿਉਂਕਿ ਵੀਡੀਓ ਲੋਕਾਂ ਨੂੰ ਅਸੀਂ ਭੇਜਦੇ ਆ ਲੋਕੀ ਬੜੇ ਖੁਸ਼ ਹੁੰਨੇ ਹਨ ਉਹਦਾ ਫਾਇਦਾ ਸਾਨੂੰ ਜੀ ਕੋਲੋਂ ਜੀ ਇੱਛਾ ਹਾਂ ਮੈਂ ਗੱਲ ਕਰਨੀ ਭੁੱਲ ਜਾਣਾ ਜਿਵੇਂ ਦੱਸਿਆ ਸੀ ਕਿ ਲਿਵਰ ਟ੍ਰੇਨਿੰਗ ਬਣਾਈ ਆਪਾਂ ਨੇ ਜਿਸ ਤੇ ਪਰ ਮੇਰੀ ਰਿਸਰਚ ਚੱਲ ਰਹੀ ਹੈ ਬਹੁਤ ਅਗਰ ਕੋਈ ਲੈਣਾ ਚਾਹੁੰਦਾ ਤਾਂ ਉਹਦੇ ਕਿ ਲਿਵਰ ਟ੍ਰੇਨਿੰਗ ਦੇ ਵੀਡੀਓਜ਼ ਲੈਣ ਲਈ ਕੀ ਕਰਨਾ ਹੈ ਤੇ ਆਫਕੋਰਸ ਜੋ ਚੀ ਸਾਨੂੰ ਮੈਨੂੰ ਕਰਕੇ ਮਜ਼ਾ ਆਉਂਦਾ ਮੈਨੂੰ ਟ੍ਰੇਨ ਕਰਕੇ ਆਉਂਦਾ ਕੋਚ ਮਜ਼ਾ ਜੇ ਤੁਸੀਂ ਕੋਚ ਬਣੋਗੇ ਸਾਨੂੰ ਮਜ਼ਾ ਆਉਂਦਾ ਕਿਉਂਕਿ ਫਿਊਚਰ ਤੁਸੀਂ ਸਾਡੇ ਨਾਲ ਜੁੜ ਵੀ ਸਕਦੇ ਹੋ ਜਾਂ ਤੁਸੀਂ ਆਪਣਾ ਬਿਜ਼ਨਸ ਕਰ ਸਕਦੇ ਹੋ ਜੇ ਤੁਸੀਂ ਕੋਚ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਮੇਰੇ ਵਟਸਐਪ ਨੰਬਰ ਤੇ 98847530988475000 ਤੇ ਮੈਸੇਜ ਕਰ ਸਕਦੇ ਹੋ ਵਟਸਐਪ ਮੈਸੇਜ ਮੈਂ ਤੁਹਾਨੂੰ ਜਵਾਬ ਦਵਾਂਗਾ ਜੀ ਤੇ ਕਿੰਨੇ ਕੋਚ ਇਸ ਵੇਲੇ ਤੁਹਾਡੇ ਅੰਡਰ ਕੰਮ ਕਰ ਰਹੇ ਨੇ ਤੇ ਉਹਨਾਂ ਨੇ ਸਾਰਿਆਂ ਨੇ ਤੁਹਾਡੇ ਕੋਲ ਹੀ ਟ੍ਰੇਨਿੰਗ ਲਈ ਹੈ ਮੇਰੇ ਇਸ ਵਕਤ ਪੰਜ ਕੋਚ ਜੀ ਆਪਣੇ ਅੰਡਰ ਕੰਮ ਕਰ ਰਹੇ ਨੇ ਛੇਵਾ ਅੰਡਰ ਟ੍ਰੇਨਿੰਗ ਹੈ ਜਿਹੜਾ ਕਿ ਜੁਆਇਨ ਕਰ ਚੁੱਕਿਆ ਆਪਾਂ ਨੂੰ ਤੁਹਾਡੇ ਥਰੂ ਹੀ ਜੁੜਿਆ ਹੋਇਆ ਹੈ ਉਹ ਜਿਹੜੇ ਹੁਣ ਤੁਹਾਨੂੰ ਜੁਆਇਨ ਕਰ ਲਿਆ ਆਪਣੇ ਕੋਈ ਸਬਤ ਜਿਹੜੇ ਕੰਮ ਕਰ ਰਹੇ ਨੇ ਜੀ ਮੇਰੇ ਵਾਈਫ ਨੇ ਪਹਿਲੇ ਨੰਬਰ ਤੇ ਹਨੀ ਕੁਮਾਰ ਜੀ ਨੇ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਸਿਮੀ ਜੀ ਇਹ ਸਾਰੇ ਟੌਪ ਦੇ ਨੇ ਅਨਸ਼ੂਲ ਜੀ ਟੌਪ ਵਾਲੀ ਕੈਟਾਗਰੀ ਚ ਆ ਚੁੱਕੇ ਨੇ ਮਗਰ ਉਹਨਾਂ ਨੂੰ ਅਸੀਂ ਦੋਨੋਂ ਪਾਸੇ ਲਾ ਲਈਦਾ ਤੇ ਡ ਤੇ ਇੱਕ ਨਵੇਂ ਮੈਮ ਨੇ ਆਪਣਾ ਜੋਇਨ ਕਰਿਆ ਉਹਨਾਂ ਦਾ ਹਜੇ ਅੰਡਰ ਟ੍ਰੇਨਿੰਗ ਨੇ ਉਹਨਾਂ ਦਾ ਵੀ ਉਹਨਾਂ ਨੂੰ ਵੀ ਇੰਟਰੋਡਿਊਸ ਕਰ ਦਾਂਗੇ ਛੇਤੀ ਜੀ ਤੇ ਇੱਕ ਬੰਸਲ ਸਾਹਿਬ ਵੀ ਨੇ ਬੰਸਲ ਸਾਹਿਬ ਮਨੀਸ਼ ਜੀ ਖਾਜੇ ਨੀ ਜੀ ਖਾਏ ਮਨੀਸ਼ ਮਨੀਸ਼ ਹਾਂ ਟ੍ਰੇਨਿੰਗ ਚਾਹੀਦੀ ਤਾਂ ਕੋਈ ਨਾਮ ਨਹੀਂ ਲੈ ਰਹੀ ਆਪਾਂ ਉਹਨਾਂ ਨੂੰ ਹਾਂ ਉਹ ਇੱਕ ਵਾਰੀ ਸਾਨੂੰ ਸਾਡੀ ਸਟੈਂਪ ਆਫ ਅਪਰੂਵਲ ਚਾਹੀਦੀ ਹੁੰਦੀ ਨਾ ਹਾਂ ਉੱਥੇ ਪਹਿਲਾਂ ਉਹਨੂੰ ਟ੍ਰੇਨ ਤਾਂ ਕਰ ਲਈਏ ਉਹ ਕਹਿੰਦੇ ਅੰਡੇ ਬਾਸਕਟ ਤੋਂ ਪਹਿਲਾਂ ਨੇ ਕਹਿੰਦੇ ਨਾ ਜੀ ਜਿਹੜੇ ਅੰਦਰ ਟ੍ਰੇਨਿੰਗ ਨੇ ਅੰਦਰ ਟ੍ਰੇਨਿੰਗ ਨੇ ਕਈ ਲੋਕੀ ਟ੍ਰੇਨਿੰਗ ਖਤਮ ਕਰਕੇ ਉਸ ਤੋਂ ਬਾਅਦ ਇੰਟਰਨਸ਼ਿਪ ਹੁੰਦੀ ਹੈ ਫਿਰ ਅਸੀਂ ਇਹ ਦੇਖਦੇ ਹਾਂ ਬੰਦੇ ਦੇ ਹੱਥ ਕਿੰਨਾ ਸਾਫ਼ ਹੋ ਗਿਆ ਕਿੰਨਾ ਕਿ ਈਜ਼ੀ ਬੰਦੇ ਨੂੰ ਹੈਂਡਲ ਕਰਦਾ ਤਾਂ ਆਪਣਾ ਪ੍ਰੋਗਰਾਮ ਐਵੇਂ ਹੈ ਕਿ ਆਪਾਂ ਆਫ ਕੋਰਸ ਜਿਵੇਂ ਕਿ ਆਪਣਾ ਗਰੋਅ ਕਰ ਰਿਹਾ ਜੀ ਸਾਨੂੰ ਕੋਚ ਫਿਊਚਰ 'ਚ ਇੱਕ ਟਾਈਮ ਆ ਜਾਊਗਾ 100 ਕੋਚ ਵੀ ਘਟ ਜਾਏਗਾ ਹੂੰ ਤਾਂ ਆਪਣਾ ਜਿਵੇਂ ਕਿਹਾ ਆਪਣੀ ਮਕਸਦ ਕੀ ਹੈ ਜੀ ਕਿ ਲੋਕੀ ਘਰ ਬੈਠੇ ਘਰ ਦੇ ਖਾਣੇ ਨਾਲ ਤੰਦਰੁਸਤ ਹੋ ਜਾਣ ਉਹਨਾਂ ਦਾ ਮਹਿੰਗਾ ਖਰਚਾ ਨਾ ਹੋਵੇ ਉਹ ਗੋਲ ਹੋਲੀ-ਹੋਲੀ ਹੋਲੀ-ਹੋਲੀ ਪੂਰਾ ਕਰ ਰਹੇ ਲਿਵਰ ਟ੍ਰੇਨਿੰਗ ਤਾਂ ਹੀ ਬਣਾਈ ਸੀ ਕਈ ਲੋਕਾਂ ਨੂੰ ਸਾਡਾ ਪ੍ਰੋਗਰਾਮ ਮਹਿੰਗਾ ਲੱਗਦਾ ਹੈ ਹਨਾ ਕੋਈ ਬੰਦਾ ਸਿੱਧਾ ਕਹਿ ਜਾਂਦਾ ਕੋਈ ਕਹਿੰਦਾ ਚਲੋ ਮੈਂ ਸੋਚ ਕੇ ਦੱਸੂਗਾ ਗੱਲ ਮੈਨੂੰ ਸਮਝ ਆਂਦੀ ਰਹੀ ਹੈ ਸ਼ੁਰੂ ਤੋਂ ਸਾਡਾ ਖਰਚਾ ਬਹੁਤ ਹੈ ਤਾਂ ਮੈਂ ਸੋਚਿਆ ਕੋਈ ਰਾਮਬੰਦ ਟਾਈਪ ਚੀਜ਼ ਦੀ ਬਣਾ ਦਈਏ ਕਿ 80-85% ਲੋਕਾਂ ਦੇ ਕੰਮ ਤਾਂ ਕਰੇ ਉਹ ਲਿਵਰ ਟ੍ਰੇਨਿੰਗ ਹੋਏਗੀ ਠੀਕ ਹੈ ਨਾ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇੱਕ ਵਾਰ ਫੇਰ ਜਿਹੜਾ ਉਹ ਬੇਸ਼ਕੀਮਤੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਹੈ ਬਹੁਤ-ਬਹੁਤ ਧੰਨਵਾਦ ਤੁਹਾਡਾ ਜਾਂਦੇ ਜਾਂਦੇ ਇੱਕ ਡਿਸਕਲੇਮਰ ਦੇ ਰਹੀ ਹੈ ਕਿ ਇਹ ਪ੍ਰੋਗਰਾਮ ਮੈਡੀਕਲ ਐਡਵਾਈਸ ਲਈ ਨਹੀਂ ਹੈ ਇਹ ਪ੍ਰੋਗਰਾਮ ਸਿਰਫ ਤੇ ਸਿਰਫ ਜਾਣਕਾਰੀ ਲਈ ਹੈ ਤੇ ਜੇ ਜਾਣਕਾਰੀ ਹਾਸਲ ਕਰਕੇ ਤੁਹਾਨੂੰ ਕੁਝ ਫਾਇਦਾ ਹੁੰਦਾ ਤਦ ਇਹ ਸਾਡੇ ਇਸ ਪ੍ਰੋਗਰਾਮ ਦੀ ਕਾਮਯਾਬੀ ਮੰਨੀ ਜਾਏਗੀ ਥਿਸ ਪ੍ਰੋਗਰਾਮ ਇਜ਼ ਨਾਟ ਮੈਂਟ ਫਾਰ ਮੈਡੀਕਲ ਐਡਵਾਈਸ ਥਿਸ ਇਜ਼ ਓਨਲੀ ਫਾਰ ਨੌਲੇਜ ਸੇਕ ਇਹ ਅਸੀਂ ਹਰ ਵਾਰੀ ਕਹਿੰਦੇ ਆ ਕਿਉਂਕਿ YouTube ਦੀਆਂ ਕੁਝ ਗਾਈਡਲਾਈਨਸ ਨੇ ਜਿਨ੍ਹਾਂ ਨੂੰ ਸਾਨੂੰ ਫੋਲੋ ਕਰਨਾ ਹੁੰਦਾ ਹੈ ਕਾਨੂੰਨ ਦੀਆਂ ਕੁਝ ਗਾਈਡਲਾਈਨਸ ਨੇ ਸਾਨੂੰ ਕੁਝ ਫੋਲੋ ਕਰਨਾ ਹੁੰਦਾ ਹੈ ਤੇ ਸਾਨੂੰ ਇਹ ਦੱਸਣਾ ਜ਼ਰੂਰੀ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਸਿਰਫ ਤੇ ਸਿਰਫ ਮਕਸਦ ਇਹ ਰੱਖਿਆ ਜਾਂਦਾ ਹੈ ਕਿ ਪਬਲਿਕ ਤੱਕ ਸਹੀ ਜਾਣਕਾਰੀ ਪਹੁੰਚਾਈ ਜਾਵੇ ਤਾਂ ਕਿ ਜਦੋਂ ਜਾਣਕਾਰੀ ਉਹਨਾਂ ਤੱਕ ਪਹੁੰਚੇ ਤੇ ਫਿਰ ਉਹ ਆਪਣੇ ਘਰ ਬੈਠੇ ਹੀ ਆਪਣਾ ਇਲਾਜ ਖੁਦ ਕਰ ਸਕਣ ਜਦੋਂ ਤੱਕ ਉਹਨਾਂ ਨੂੰ ਕਿਸੇ ਡਾਕਟਰ ਨੂੰ ਸਹੀ ਨੂੰ ਨਹੀਂ ਮਿਲ ਪਾਂਦੇ ਜਦੋਂ ਤੱਕ ਉਹ ਕਿਸੇ ਆਪਣੇ ਐਕਸਪਰਟ ਨਾਲ ਨਹੀਂ ਗੱਲਬਾਤ ਕਰ ਪਾਉਂਦੇ ਉਦੋਂ ਤੱਕ ਉਹ ਜੋ ਕੁਝ ਵੀ ਉਹਨਾਂ ਦੇ ਸਰੀਰ ਦੇ ਵਿੱਚ ਕਮੀਆਂ ਨੇ ਉਹ ਆਪੇ ਠੀਕ ਕਰਨ ਦੀ ਕੋਸ਼ਿਸ਼ ਕਰਨ ਬਹੁਤ ਸਾਰੇ ਲੋਕੀ ਜਿਹੜੇ ਨੇ ਉਹ ਆਪੇ ਠੀਕ ਵੀ ਹੋ ਰਹੇ ਨੇ ਇਸ ਦਾ ਉਦਾਹਰਨ ਜਿਹੜਾ ਸਾਨੂੰ ਜਿਹੜੀਆਂ ਵੀਡੀਓ ਬਣਾ ਕੇ ਭੇਜੀਆਂ ਗਈਆਂ ਨੇ ਉਹ ਵੀ ਹੈਗਾ ਤੇ ਅਸੀਂ ਇੱਕ ਜਿਹੜੇ ਮੈਡਮ ਦੀ ਇੰਟਰਵਿਊ ਵੀ ਕੀਤੀ ਸੀ ਦਿੱਲੀ ਤੋਂ ਮੈਡਮ ਮਰਹੋਤਰਾ ਮਹਿਰੋਤਰਾ ਉਹਨਾਂ ਦੀ ਇੰਟਰਵਿਊ ਵੀ ਕੀਤੀ ਸੀ ਉਹਨਾਂ ਨੇ ਸਾਡੀ ਵੀਡੀਓ ਦੇਖ ਕੇ ਸਿਰਫ ਆਪਣੇ ਆਪ ਹੀ ਜਿਹੜੇ ਉਹ ਵੀਡੀਓ ਦੇਖੀ ਤੇ ਉਹ ਆਪਣੇ ਆਪ ਹੀ ਆਪਣਾ ਇਲਾਜ ਉਹਨਾਂ ਨੇ ਖੁਦ ਕਰ ਲਿਆ ਸੀ ਜੀ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੈ ਤੇ ਇਸ ਨੂੰ ਵੀ ਵੱਧ ਵੱਧ ਸ਼ੇਅਰ ਕਰੋ ਜਿੰਨਾ ਤੁਸੀਂ ਸ਼ੇਅਰ ਕਰੋਗੇ ਕੋਈ ਨਾ ਕੋਈ ਜ਼ਰੂਰ ਦੇਖੇਗਾ ਜੇ ਉਹਨਾਂ ਦੇ ਵਿੱਚੋਂ ਚੰਦ ਲੋਕ ਵੀ ਇਸ ਵੀਡੀਓ ਨੂੰ ਦੇਖਦੇ ਨੇ ਲਾਭ ਲੈਂਦੇ ਨੇ ਤੇ ਠੀਕ ਹੋ ਜਾਂਦੇ ਨੇ ਆਪਣੇ ਆਪ ਨੂੰ ਠੀਕ ਕਰ ਲੈਂਦੇ ਨੇ ਤੇ ਜੇ ਸਾਡੀਆਂ ਮਾਤਾ ਪੈਣਾ ਜਿਹੜੀਆਂ ਨੇ ਉਹ ਸੋਹਣਾ ਬਣਨ ਵਾਲਾ ਜਿਹੜਾ ਉਹ ਜਿਹੜਾ ਇਹਨਾਂ ਨੇ ਵਿੱਚ ਨੁਸਖਾ ਦੱਸਿਆ ਜਿਉ ਆਪਣੇ ਮੂੰਹ ਦੇ ਉੱਤੇ ਲਗਾ ਕੇ ਸੁੰਦਰਤਾ ਵਧਾ ਲੈਂਦੇ ਨੇ ਤੇ ਸਾਨੂੰ ਆਪਣੀ ਵੀਡੀਓ ਬਣਾ ਕੇ ਭੇਜਦੇ ਨੇ ਜਾਂ ਚਾਰ ਬੰਦਿਆਂ ਨੂੰ ਹੋਰ ਇਹ ਨੁਸਖਾ ਦੱਸਦੇ ਨੇ ਤੇ ਅੱਗੇ ਜਿਹੜਾ ਉਹਨਾਂ ਨੂੰ ਫਾਇਦਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਰਿਹਾ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਨਿਊਜ਼ ਏਸ਼ੀਆ ਹਿੰਦੀ ਆਵਾਜ਼ੇ ਪੰਜਾਬ ਤੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਜਾਦਤ ਧੰਨਵਾਦ ਸਸਿਕਾ